1300 ਦੀਆਂ ਚਾਕਲੇਟਾਂ ਖਾ ਗਿਆ ਸਰ ਪੰਜ ਗੱਲਾਂ ਇਹ ਤੇ ਮਿੱਠਾ ਬਣਾਇਆ ਪਿਆ ਹੋਣਾ ਲੈ ਬੁਗੀ ਦੇਖ ਮੇਨ ਗੱਲ ਜਾਂਦੀ ਜਾਂਦੀ ਘੇਂਟ ਜਾ ਕਮੈਂਟ ਹੋ ਗਿਆ ਨਹੀਂ ਹੋਣਾ ਮਾਮਾ ਕੱਲ ਜੂ ਕਿਤੋਂ ਬਦ ਕੱਲ ਜੂ ਕੀ ਆ ਸਕਦਾ ਕੱਲ ਇਦਾਂ ਵਾ ਕਿ ਜਿਨ੍ਹਾਂ ਨੇ ਕੱਲ ਵਾਲਾ ਵਲੌਗ ਵੇਖਿਆ ਉਹਨਾਂ ਨੂੰ ਪਤਾ ਹੈ ਲੇਟ ਮਿਲ ਜੂ ਕੋਈ ਗੱਲ ਨੀ ਫੋਨ ਬੰਦ ਹੋ ਗਿਆ ਚੰਗੀ ਤਰ੍ਹਾਂ ਵੇਖ ਕਿੰਨੀ ਗਿਆ ਬੁੜੀਆਂ ਹਾਲ ਧਿਆਨ ਇਹਨਾਂ ਦਾ ਉਰਲੇ ਪਾਸੇ ਕਿੰਨੇ ਡੱਬੇ ਮੰਗਾਏ ਜਿੰਨੇ ਪਦਾਰਥ ਆਈ ਝਾੜੇ ਨਾ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਫਿਲਹਾਲ ਆਪਾਂ ਹੈਗੇ ਹਾਂ ਮੁਹਾਲੀ ਦੇ ਵਿੱਚ ਇਹ ਗੱਲ ਇੱਦਾਂ ਵਾ ਕਿ ਜਿਨ੍ਹਾਂ ਨੇ ਕੱਲ੍ਹ ਵਾਲਾ ਵਲੌਗ ਵੇਖਿਆ ਉਹਨਾਂ ਨੂੰ ਪਤਾ ਹੈ ਕੱਲ੍ਹ ਵਾਲੇ ਵਲੌਗ ਦੀ ਐਂਡਿੰਗ ਕਿੱਥੋਂ ਹੋਈ ਆ ਹਨਾ ਅਤੇ ਗੱਲ ਕਰਦੀ ਹੈ ਕਿ ਫਿਰ ਇੱਕ ਦਿਨ ਵਲੌਗ 'ਚ ਬਣਾਇਆ ਨਹੀਂ ਗਿਆ ਬਣਾਉਣ ਦਾ ਕਾਰਨ ਸੀ ਕਿ ਫੋਨ ਹੋ ਗਿਆ ਖਰਾਬ ਉਹਦੀ ਚਾਰਜ ਵਾਲੀ ਪਿੰਨ ਜੀ ਖਰਾਬ ਹੋ ਗਈ ਉਹ ਸਾਲਾ ਉਹਨਾਂ ਹੋਵੇ ਅਤੇ ਉਹਦੇ 'ਚ ਕਲਿੱਪਾਂ ਸੀ ਕਿਉਂਕਿ ਫੋਨ ਦੋ ਕੋਲ ਅਤੇ ਦੋ ਜਿੱਦਾਂ ਇੱਕ ਫੋਨ 'ਤੇ ਬੈਟਰੀ ਡਾਊਨ ਹੋ ਜਾਂਦੀ ਦੂਜੇ ਫੋਨ 'ਤੇ ਜਿੱਦਾਂ ਵਲੌਗ ਬਣਾਉਣਾ ਸ਼ੁਰੂ ਕਰ ਦਈਦਾ ਉਹਦੇ ਚੱਕਰ ਦੇ ਵਿੱਚ ਫੋਨ ਚਾਰਜ ਨਾ ਆਇਆ ਅਤੇ ਉਹ ਜਦੋਂ ਬੰਦ ਹੈ ਅਤੇ ਚਾਰਜ ਲਈ ਚਾਰਜ ਹੋਵੇ ਨਾ ਉਹਦੀ ਪਿੰਨ ਜੀ ਖਰਾਬ ਹੋ ਗਈ ਜਦੋਂ ਆਪਾਂ ਡੁਪਲੀਕੇਟ ਚਾਰਜਾਂ ਜਿਹੜੀਆਂ ਆਪਣੀਆਂ ਲੀਡਾਂ ਹੁੰਦੀਆਂ ਜਿੱਦਾਂ ਆਪਾਂ ਡੁਪਲੀਕੇਟ ਲਾਉਂਦੇ ਨਾ ਉਹਦੇ ਨਾਲ ਬੜਾ ਫਰਕ ਪੈਂਦਾ ਉਹ ਬਾਅਦ 'ਚ ਉਹਨੂੰ ਸੈੱਟ ਸੁੱਟ ਕਰਾਇਆ ਅਤੇ ਫਿਰ ਜਾ ਕੇ ਉਹ 'ਚੋਂ ਕਲਿੱਪਾਂ ਕੱਢ ਕੇ ਅਤੇ ਵਲੌਗ ਐਡਿਟ ਕਰਕੇ ਅਤੇ ਫਿਰ ਜਾ ਕੇ ਕਿਤੇ ਪਾਇਆ ਗੱਲ ਕਰ ਰਹੀ ਹੈ ਕਿ ਗੈਂਗ ਲੱਭਣ ਨਹੀਂ ਡਈ ਕੱਲ੍ਹ ਦੀ ਮੈਂ ਨਾ ਕੋਈ ਕਿਸੇ ਪਾਸੇ ਟਿੱਡੀਆਂ ਆਇਆ ਵੀ ਕਿਸੇ ਪਾਸੇ ਸਵੇਰੇ ਰਾਤ ਆਏ ਰਾਤ ਆਉਂਦੇ ਲੇਟ 2-3 ਵਜੇ ਆਉਂਦੇ ਆ ਸਵੇਰੇ ਮੈਂ ਤੁਹਾਡੇ ਸਾਹਮਣੇ ਇੱਕ ਟਾਈਮ ਸਿਰ ਉੱਠ ਪੈਂਦਾ ਅਤੇ ਅੱਜ ਮੈਂ ਥੋੜ੍ਹਾ ਲੇਟ ਉੱਠਿਆ ਅਤੇ ਲੇਟ ਉੱਠਣ ਦੇ ਬਾਅਦ ਜਦੋਂ ਮੈਂ ਵੇਖਿਆ ਤਾਂ ਬੰਦਾ ਕੋਈ ਵੀ ਨਹੀਂ ਹੈਗਾ ਫਲੈਟ ਦੇ ਵਿੱਚ ਜਦੋਂ ਮੈਂ ਫੋਨ ਮੈਸੇਜ ਕੀਤੇ ਕੋਈ ਕਿਸੇ ਪਾਸੇ ਮੰਨਾ ਅਤੇ ਆਪਣਾ ਜਿਹੜਾ ਵਾ ਮੰਨਾ ਦੇ ਇੱਥੇ ਮੰਨਾ ਅਤੇ ਮਹਾਂਵੀਰ ਇੱਥੇ ਆ ਆਪਣਾ ਗੋਰੀ ਦੇ ਭੁੱਲਰ ਉਹ ਪਿੰਡ ਚਲ ਗਏ ਆ ਕਿਉਂਕਿ ਗੋਰੀ ਨੂੰ ਵਿਆਹ ਸੀ ਅਤੇ ਗੋਰੀ ਫਿਰ ਕੱਲ੍ਹ ਤਾਂ ਗਿਆ ਨਹੀਂ ਨਾਲ ਇੱਕ ਬੰਦੇ ਨੂੰ ਲੈ ਕੇ ਚਲ ਗਿਆ ਕਿਤੇ ਮੈਨੂੰ ਸਾਥ ਚਾਹੀਦਾ ਉਹ ਭੁੱਲਰ ਨੂੰ ਵੀ ਲੈ ਗਿਆ ਅਤੇ ਹੁਣ ਬੰਦੇ ਮੈਂ ਕਿਹਾ ਇਕੱਠੇ ਕਰਦੇ ਹਾਂ ਫਿਰ ਬਣਾਉਂਦੇ ਹਾਂ ਮਾਹੌਲ ਇੰਨਾ ਅਜੀਤ ਲੱਗਾ ਗੁਰੂ ਯਾਰ ਕੀ ਆ ਗਏ ਨਾ ਆਉਂਦੇ ਹੁੰਦੇ ਨਾ ਯਾਰਾਣਾ ਹੀ ਬਾਰਾਂ ਵਾ ਹੈ ਜੱਗ ਜਿਉਂਦਿਆਂ ਦੇ ਮੇਲੇ ਯਾਰਾਣਾ ਬਾਰਾਂ ਇਹ ਗੱਲਾਂ ਕਿਸੇ ਨੇ ਜਿੰਨੇ ਵੀ ਲਿਖੀਆਂ ਸੱਚੀਆਂ ਹੀ ਗੱਲਾਂ ਅਤੇ ਆਪਾਂ ਹੁਣ ਨਹਾਈਏ ਧੋਈਏ ਤਿਆਰ ਹੋਈਏ ਮੈਂ ਤਾਂ ਪਹਿਲਾਂ ਜਿੰਮ ਲਾ ਲਈਏ ਹੈ ਨਾ ਉਹਨਾਂ ਚਿਰ ਉਹਨੇ ਬੰਦੇ ਬੰਦੇ ਇਕੱਠੇ ਹੋ ਜਾਣਗੇ ਇੰਨਾ ਜਿੰਮ ਜੁੰਮ ਤਾਂ ਕਿਸੇ ਨੇ ਲਾਉਣਾ ਨਹੀਂ ਮੈਨੂੰ ਪਤਾ ਅਤੇ ਜਿੰਨਾ ਚਿਰ ਮੈਂ ਜਿੰਮ ਲਾਉਣਾ ਵਾ ਉਨੇ ਚਿਰ ਇਹਨਾਂ ਨੇ ਨਹਾ ਧੋ ਕੇ ਇਹ ਕਰਾਂ ਇਕੱਠੇ ਕੁੱਠੇ ਜਾਂਦੇ ਹਾਂ ਅਤੇ ਫਿਰ ਇਹਨੇ ਅਗਲਾ ਕੀ ਮਾਹੌਲ ਬਣਦਾ ਪਿੰਡ ਜਾਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਜੇ ਪਰ ਜੇ ਪਿੰਡ ਲੈ ਕੇ ਵੀ ਗਿਆ ਤਾਂ ਬੜੇ ਜ਼ੋਰ ਨਾਲ ਖੜਨੇ ਪੈਣੇ ਧੱਕੇ ਧੁੱਕੇ ਦੇ ਨਾਲ ਹੀ ਅਤੇ ਆਪਾਂ ਨੇ ਫਿਰ ਮਾੜਾ ਮੋਟਾ ਨਹਾ ਧੋ ਕੇ ਖਾ ਪੀ ਕੇ ਫਿਰ ਆਪਾਂ ਚੱਲਦੇ ਹਾਂ ਹੋ ਗਏ ਜੀ ਰੈਡੀ ਲਈਏ ਜਿੰਮ ਅਤੇ ਮੈਨੂੰ ਵਾਹਵਾ ਹੀ ਮੈਸੇਜ ਆ ਗਏ ਤੁਸੀਂ ਚੇਤਾ ਕਰਾ ਦਿੰਦੇ ਜੇ ਤਾਂ ਮੈਨੂੰ ਚੇਤਾ ਹੁੰਦਾ ਕਹਿੰਦੇ ਬਾਈ ਚੰਡੀਗੜ੍ਹ 'ਤੇ ਆਏ ਜੀ ਅਤੇ ਸਨੀ ਕੋ ਜਾਣਾ ਪੈਣਾ ਅਤੇ ਸਹੀ ਗੱਲ ਜਾਣ ਮਰੀਏ ਸਨੀ ਕੋ ਹੋ ਕੇ ਆਵਾਂਗੇ ਇੱਕ ਵਾਰ ਪਹਿਲਾਂ ਜਿੰਮ ਲਾ ਲਈਏ ਜਿੰਮ ਵਾਲਾ ਕੰਮ ਓਕੇ ਰਿਪੋਰਟ ਕਰਕੇ ਫਿਰ ਵਿਹਲੇ ਹਾਂ ਹਨਾ ਜਿੰਮ ਫਿਰ ਸ਼ਾਮਾਂ ਨੂੰ ਕਈ ਵਾਰ ਕੀ ਕਹਿੰਦਾ ਸ਼ਾਮਾਂ ਨੂੰ ਨਾ ਐਨਰਜੀ ਨਹੀਂ ਰਹਿ ਜਾਂਦੀ ਅਤੇ ਸ਼ਾਮਾਂ ਨੂੰ ਕੋਈ ਕੰਮ ਨਿਕਲ ਆਉਂਦਾ ਫਿਰ ਜਿੰਮ ਲਾਉਂਦਾ ਫਿਰ ਆਖੀ ਲੱਗ ਚਲੋ ਯਾਰ ਰਹਿ ਦਈਏ ਜਾਂ ਫਿਰ ਛੇਤੀ ਛੇਤੀ ਜਿੰਮ ਲੱਗਦਾ ਅਜੇ ਆਪਣੇ ਕੋਲ ਟਾਈਮ ਹੈਗਾ ਜੇ ਬੰਦੇ ਆਪਣੇ ਇਕੱਠੇ ਹੁੰਦੇ ਆ ਉਹਨਾਂ ਜਿੰਮ ਲਾਉਣਾ ਨਹੀਂ ਉਹਨਾਂ ਦੇ ਇਕੱਠੇ ਹੁੰਦੇ ਤੱਕ ਆਪਾਂ ਜਿੰਮ ਲਾ ਗਏ ਅਤੇ ਵਿਹਲੇ ਅਤੇ ਇੱਕ ਮੈਂ ਕਮੈਂਟ ਪੜ੍ਹਨ ਲਿਆ ਕੱਲ੍ਹ ਵਾਲੇ ਵਲੌਗ 'ਚ ਮੈਂ ਗੱਲ ਨਹੀਂ ਕੀਤੀ ਮੈਂ ਵਲੌਗ ਆਪਾਂ 10-12 ਮਿੰਟ ਦਾ ਬਣਾਇਆ ਕਰਨਾ ਉਹ ਗੱਲ ਤੋਂ ਬੜੇ ਵੀਰਾਂ ਭਰਾਵਾਂ ਦੇ ਮੈਸੇਜ ਹੈ ਕਿ ਬਾਈ ਨਹੀਂ ਆਪਾਂ ਨੂੰ 30-40 ਮਿੰਟ ਦਾ ਵਲੌਗ ਚਾਹੀਦਾ ਇਹ ਤੋਂ ਭਾਵੇਂ ਹੋਰ ਵੱਡੀ ਕਰ ਦਿਓ ਵਲੌਗ ਟਾਈਮਿੰਗ ਹੋਰ ਵਧਾ ਦਿਓ ਮੇਰੀ ਜਾਣ ਇੰਨਾ ਹੀ ਮਹਾਂ ਬਣਦਾ ਜਾਣਾ ਉਹ ਮੈਂ ਸੋਚਿਆ ਮੈਂ ਕੋਸ਼ਿਸ਼ ਕਰਕੇ ਵੇਖੀਏ ਆਪਾਂ 10-12 ਮਿੰਟ ਦੇ ਵਲੌਗ ਦੇ ਵਿੱਚ ਐਂਡਿੰਗ ਕਰਕੇ ਵੇਖੀਏ ਆਪਣੇ ਸੂਤਰ ਆਉਂਦਾ ਕਿ ਨਹੀਂ ਆਉਂਦਾ
ਪਰ ਕਮੈਂਟ ਹੀ ਬੜੇ ਆ ਗਏ ਆ, ਕਹਿੰਦੇ ਨਹੀਂ ਬਈ ਇਹ ਡੀਲ ਨਹੀਂ ਅਸੀਂ ਡਨ ਕਰ ਸਕਦੇ। ਅਤੇ ਆ ਜਾਓ ਫਿਰ ਚੱਲੀਏ ਜਿਮ ਨੂੰ, ਦੋ ਮਿੱਤਰਾ ਚੱਲੀਏ। ਰਾਣੀ ਸੁੰਦਰਾ ਤਿਆਰ ਆਪਣੀ, ਇਹਦੀ ਵੀ ਵਾਸ਼ਿੰਗ ਕਰਾਉਣੀ ਪੈਣੀ ਅੱਜ। ਵਿਚਾਰੀ ਕੀ ਬਣਿਆ ਪਿਆ, ਘੱਟੋ ਘੱਟੀ ਹੋਇਆ ਪਿਆ ਕੰਮ। ਅੱਗੇ ਨਾ ਬੇਸਮੈਂਟ 'ਚ ਲਾਉਣਾ ਨਾ ਅਸੀਂ ਗੱਡੀ, ਅਤੇ ਮੇਰੇ ਲਈ ਪਾਰਕਿੰਗ 'ਚ ਨਾ ਕਿਸੇ ਨੇ ਗੱਡੀ ਲਾਈ, ਅਤੇ ਆਪਾਂ ਕਦੀ ਨਹੀਂ ਫੋਨ ਕੀਤਾ ਕਿ ਯਾਰ ਸਾਡੀ ਪਾਰਕਿੰਗ 'ਚ ਕਿਸੇ ਨੇ ਗੱਡੀ ਲਾਈ, ਗੱਡੀ ਕਿਹੜਾ ਦਿਓ। ਆਪਾਂ ਹੋਰ ਮਾੜੀ ਮੋਟੀ ਜਿਹੜੀ ਗੈਸਟ ਪਾਰਕਿੰਗ ਹੁੰਦੀ ਨਾ ਪੁੱਛ ਲਾ ਦਈਦੀ, ਜਾਂ ਕੋਈ ਪਤਾ ਕਿ ਪਾਰਕਿੰਗ ਪੱਕੀ ਵੇਲੀ ਨਹੀਂ ਉੱਥੇ ਲਾ ਦਈਦੀ ਆ। ਪਰ ਆਪਾਂ ਫੋਨ ਕਰਕੇ ਕਦੀ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ। ਬੰਦਾ ਇੱਕ ਮੈਂ ਕਾਬੂ ਕਰਨਾ ਜਿਮ ਵਾਸਤੇ, ਬਾਕੀ ਸਾਡੀ ਗੈਂਗ ਨਹੀਂ ਹੈਗੀ ਆਈ, ਉਹਨਾਂ 'ਚ ਅਸੀਂ ਜਿਮ ਲਾਉਣਾ। ਕਿਹੜੀ ਗੈਂਗ ਕਹਿਣ ਡਿਆ ਸੀ ਅੱਗੇ? ਪਰਤੀਲੀ ਪਰਤੀਲੀ ਗੈਂਗ ਦਾ ਅਸੀਂ ਤਾਂ ਨਾਂ ਆ, ਨਵਾਂ ਚੇਂਜ ਕੀਤਾ ਵਾ, ਕਿਉਂਕਿ ਇਹਨਾਂ ਨੇ ਉੱਧਰ ਸਫਾਈ ਕੀਤੀ ਫਲੈਟ ਦੀ ਅਤੇ ਬੜੀ ਝੱਟ ਮਾਰੀ, ਤਾਂ ਕਰਕੇ ਅਸੀਂ ਨਾਂ ਰੱਖਦੇ ਪਰਤੀਲੀ ਗੈਂਗ। ਤਾਂ ਅਸੀਂ ਉਹ ਜਿਮ ਲਾ ਲਈਏ, ਜਿਮ ਲਾਉਣ ਪਹੁੰਚ ਜਾਣਾ ਉਦੋਂ ਤੱਕ ਫਿਰ ਬਣਾਉਣਿਆਂ ਨੇ ਕਹਿੰਦੇ ਵਰਕਆਊਟ ਲਿਆ ਲਾ, ਅਤੇ ਗੈਂਗ ਮੈਂਬਰ ਅਜੇ ਤੱਕ ਨਹੀਂ ਆਏ। ਅੱਜ ਹੈਗਾ ਜੀ ਪੱਟ ਨਾਲ ਟਰਾਈ ਸਾਹਿਬ ਅਤੇ ਕਾਲੀ ਭਾਅ, ਮੈਂ ਕਰਦਾ ਨਿਸਲ ਜਿਹਾ ਹੈ ਭੱਜ ਭੱਜ ਆਉਂਦਾ ਇਹ ਬਾਹਰ ਨਿਕਲ ਬੈਠਾ ਗੱਡੀ ਦੇ ਵਿੱਚ। ਇਹ ਤਾਂ ਗਰਮੀਆਂ ਆਉਣੀਆਂ, ਬਾਅਦ 'ਚ ਵੀ ਬਣੂੰਗਾ ਪੁਰਾਣਾ ਖੋਣ ਡਿਆ ਕੁੜੀਆ, ਤੇਰੇ ਖਲੀ ਤੇਰੇ ਪੈਣੀ ਨੀ ਚਾਹੀਦੀ। ਭੁੱਖ ਲੱਗੀ ਹੈ, ਚੱਲੀਏ ਸਿੱਧਾ ਡਾਈਟਿੰਗ ਵਾਲੇ ਪੁਆਇੰਟ ਤੇ। ਸਾਡੀ ਗੈਂਗ ਹਜੇ ਤੱਕ ਨਹੀਂ ਜੀ ਆਈ, ਟਾਈਮ ਕਿੰਨਾ ਆ ਗਿਆ? 6:30 ਹੋ ਗਏ ਜੀ। ਚੰਗੀ ਬਾਸ਼ੀ ਕਰਨ ਡੇ ਯਾਰ ਕਾਲੀ ਵੀਰੇ, ਲਾਡੀ ਨਾਲ ਗਿਆ ਕਿਤੇ ਉੱਧਰ ਪਟਿਆਲੇ ਪਟੋਲੇ ਸਾਈਡ 'ਤੇ, ਤਾਂ ਅਸੀਂ ਮਤਲਬ ਡਾਇਟ ਸ਼ਾਈਟ ਖਾ ਕੇ ਤਾਂ ਹੀ ਹੁਣ ਲੰਮਾ ਗਿਆ, ਲੰਮੇ ਹੀ ਪਾਲਣੇ ਬੰਦੇ ਆਪਾਂ, ਚੰਗੇ ਡਾਉਣੇ ਪੈ ਰਹੇ, ਝੋਨਾ ਹੀ ਲਵਾਈ ਜਾਣਾ ਇਹਨਾਂ ਤੋਂ ਸੀਜ਼ਨ ਵਾਲਾ। ਕਦੀ ਇਹਨਾਂ ਨੂੰ ਕਹਿਣਾ ਤੂੜੀ ਬਣਾਓ ਸਾਂਭੋ, ਕਦੀ ਇਹਨਾਂ ਨੂੰ ਕਹਿਣਾ ਚਲੋ ਲਾਓ ਝੋਨਾ, ਹੁਣ ਚੰਗੀ ਮੱਤ ਮਾਰਨੀ ਆ ਯਾਰ। ਰਾਣੀ ਸੁੰਦਰਾ ਦੀ ਵਾਸ਼ਿੰਗ ਕਰਾਈਏ ਪਹਿਲਾਂ, ਫਿਰ ਆਪਣੀ ਕਰਾਵਾਂਗੇ ਕੀ ਮਾਹੌਲ ਬਣਦਾ। ਚੱਲ ਵੀ ਰਾਣੀਏ ਤੈਨੂੰ ਧਵਾ ਕੇ ਲਿਆਵਾਂ ਪਹਿਲਾਂ, ਫਿਰ ਅਸੀਂ ਲਿਸ਼ਕਾਂ ਪੁਸ਼ਕਾਂ ਮਰਾਵਾਂਗੇ ਆਪਣੀਆਂ ਵੀ, ਹੁਣ ਤੈਨੂੰ ਸਾਡੀ ਗੈਂਗ ਆਏਗਾ। ਪਹੁੰਚ ਗਈ ਯਾਰ ਹੁਣੀ ਸਰਵ ਸਟੇਸ਼ਨ 'ਤੇ, ਹਨੇਰਾ ਹੀ ਹੋ ਗਿਆ ਗੁਰੂ, ਅੱਜ ਕੀਤਾ ਵੀ ਕੁਛ ਨਹੀਂ, ਆਇਆ ਸਾਰਾ ਦਿਨ ਇੱਦਾਂ ਕੱਢ ਲਿਆ। ਅਸਲ ਵਿੱਚ ਉੱਠੇ ਲੇਟ ਜਾਂ ਵਲੋਗ ਲੇਟ ਸ਼ੁਰੂ ਕੀਤਾ, ਅਤੇ ਇਕੱਲਾ ਜਿਮ ਹੀ ਲੱਗਾ ਜੇ, ਅਤੇ ਜਾਂ ਫਿਰ ਬਸ ਡਾਇਟ ਖਾਧੀ ਹੈ, ਅਤੇ ਡਾਇਟ ਖਾ ਕੇ ਅਸੀਂ ਇੱਧਰ ਨੂੰ ਆ ਗਏ। ਭਲਵਾਨ ਮੈਨੂੰ ਕਹਿਣ ਵੀ ਡਿਆ, ਕਹਿੰਦਾ ਗੱਡੀ ਤੁਸੀਂ ਇੱਥੇ ਲਾ ਜਾਂਦੇ ਤਾਂ ਇੱਧਰੋਂ ਵਰਨਾ ਲੈ ਜਾਂਦੇ, ਨੋਵਾ ਹੀ ਵਿਹਲੀ ਸੀ, ਪਰ ਸਾਡੇ ਨਾ ਉਦੋਂ ਇਹ ਕਿ ਚੱਲ ਟਾਈਮ ਸਿਰ ਵਿਹਲੇ ਹੋ ਹੀ ਜਾਣਾ ਜਿਮ ਲਾ ਕੇ, ਅਤੇ ਜਿਮ ਲਾ ਕੇ ਟਾਈਮ ਸਿਰ ਵਿਹਲੇ ਹੋ ਗਏ, ਬਜੇ ਭੁੱਖ ਲੱਗੀ, ਕੁਝ ਖਾਣ ਪੀਣ ਚੱਲ ਗਏ, ਖਾਂਦੇ ਪੀਂਦੇ ਉੱਥੇ ਟਾਈਮ ਲੱਗ ਗਿਆ, ਅਤੇ ਝੱਟ ਹੀ ਦਿਨ ਜਿਹਾ ਲੰਘ ਗਿਆ। ਕਈ ਵਾਰ ਪਿੰਡ ਹੋਈ ਦਿਨ ਨਹੀਂ ਲੰਘਦਾ, ਅੱਜ ਦਿਨ ਦਾ ਪਤਾ ਨਹੀਂ ਲੱਗਾ, ਗੱਲ ਕਦੇ ਉੱਠਣਾ 12-1 ਵਜੇ ਨਾ, ਅਤੇ ਸੱਚੀ ਦਿਨ ਦਾ ਨਹੀਂ ਪਤਾ ਲੱਗਦਾ। 11:30 ਉੱਠਿਆ ਸੀ ਲਾ ਲਓ ਸਾ ਕੇ, 12:30 ਵਲੋਗ ਸ਼ੁਰੂ ਕੀਤਾ, ਅਤੇ ਪਿੱਛੇ ਦਿਨ ਕਿਹੜਾ ਰਹਿ ਗਿਆ ਨਾ, 6:30 ਦਿਨ ਰਾਹ ਜਾਂਦਾ। ਮੈਂ ਕਿਹਾ ਯਾਰ ਪਿੰਡ ਨੂੰ ਜਾਣ ਦਾ ਇਰਾਦਾ ਸਾਡਾ ਬਣ ਡਿਆ ਅੱਜ, ਵੈਸੇ ਬੰਦੇ ਸਾਡੇ ਨਹੀਂ ਲੱਭਣ ਡੇ ਮੈਨੂੰ, ਨਾ ਮਾਂ ਵੀ ਰਾਇਆ ਜੇ, ਅਤੇ ਨਾ ਹੀ ਮੰਨਾ ਆਇਆ ਜੇ। ਇਹ ਲਾਡੀ ਨੇ ਕਿਹਾ ਲਾਡੀ ਦੇ ਪਿੰਡ, ਅਤੇ ਲਾਡੀ ਦਾ ਪਿੰਡ ਵੀ ਉਹ ਬਾਹਲੀ ਦੂਰ ਹੈ ਪਟਿਆਲੇ ਤੋਂ, ਵੀ ਕਿੰਨਾ ਹੀ ਅੱਗੇ ਪੈ ਜਾਂਦਾ, ਅਤੇ ਤਾਂ ਕਰਕੇ ਉਹ ਹੋ ਗਏ ਲੇਟ। ਅਤੇ ਉਹਨਾਂ ਨੂੰ ਮੈਂ ਜਦੋਂ ਹਜੇ ਦੱਸਿਆ ਨਹੀਂ ਪਿੰਡ ਜਾਣਾ ਵਾ, ਉਹ ਪੂਰੀ ਬਾਦਸ਼ਾਹੀ ਕਰਨ ਡੇ ਆ, ਬਸ ਜਦੋਂ ਉਹਨਾਂ ਨੇ ਆਉਣਾ ਵਾ ਆਉਂਦਿਆਂ ਨੂੰ ਕਹਿਣਾ ਬੈਗ ਪਾਓ, ਅਤੇ ਨਿਕਲੀਏ ਆਪਾਂ, ਬਹਾਨਾ ਹੀ ਮੈਂ ਇਹੋ ਜਿਹਾ ਮਾਰਨਾ, ਮੈਂ ਕਹਿਣਾ ਘਰੇ ਕੰਮ ਹੈ ਜ਼ਰੂਰੀ, ਅਤੇ ਆਪਾਂ 2-4 ਦਿਨ ਤੱਕ ਫਿਰ ਆ ਜਾਵਾਂਗੇ, ਆਪਾਂ ਨਿਕਲੀਏ। ਫਿਰ ਉਹਨਾਂ ਨੇ ਜਾਣਾ, ਉੱਦਾਂ ਨਹੀਂ ਮੈਨੂੰ ਪਤਾ ਉਹਨਾਂ ਨੇ ਜਾਣਾ, ਉਹਨਾਂ ਨੇ ਕਹਿਣਾ ਜੇ ਉਹਨਾਂ ਵੀ ਕਹਿਣਾ ਮੈਂ ਕਿ ਜੇ 2 ਦਿਨ ਤੱਕ ਆਉਣਾ ਹੀ ਰਹਿ ਪੈਂਦੇ ਤੁਸੀਂ ਉਹ ਆਓ, ਉਹ ਹੀ ਨਹੀਂ ਵੈਦੀ ਬਾਦਸ਼ਾਹੀ ਕਰਨ ਡੇ ਇੱਥੇ, ਜ਼ਿਆਦਾ ਚਿੱਲ ਮੂਡ ਕਰਨ ਡਿਆ ਇੱਥੇ, ਆਉਣ ਹੋਇਆ ਪਿਆ ਉਹਨਾਂ ਜਾਣਾ ਹੀ। ਹੋ ਗਈ ਜੀ ਓਕੇ ਰਿਪੋਰਟ, ਭਲਵਾਨ ਨੇ ਕਹਿਣਾ ਜਿੰਨੀ ਵਾਰ ਤਾਂ ਰਾਤ ਨੂੰ ਆਉਂਦੇ ਜੇ, ਕੀ ਕਰੀਏ ਟਾਈਮ ਹੀ ਰਾਤ ਨੂੰ ਲੱਗਦਾ।
ਉਹ ਆਪਾਂ ਰਾਤ ਨੂੰ ਹਵਾ ਵਾਲੀ ਨਾਲੇ ਹਵਾ ਮਗਾ ਜਾਈਦੀ ਫਿਰ ਮੋਗੀ ਹੋਣੀ ਅੱਜ ਹੈ ਲੈ ਵੀ ਪਰ ਅਗਲੀ ਯਾਰ ਨਾ ਪਤਾ ਹੀ ਕਰਨਾ ਡੀਜ਼ਲ ਉਜ਼ਲ ਮਾਰ ਕੇ ਨਾ ਫਿਰ ਆਪਾਂ ਸਾਫ਼ ਕਰਨੀ ਥੱਲੇ ਨਾ ਖੁਸ਼ਕੀ ਹੋਈ ਇਹਨੂੰ ਵੀ ਪੂਰੀ ਕਲੀਨ ਕਰ ਦੇਣੀ ਇਹ ਵੀ ਇਹਨੂੰ ਇਹਨੂੰ ਖੁਸ਼ਕੀ ਚੜੀ ਪਈ ਆ ਤੇ ਥੱਲੇ ਐ ਕਰਾਣਾ ਇੱਥੇ ਮੈਂ ਲਾ ਜਾਣੀ ਪਾਲਿਸ਼ ਮਾਰੂਗੇ ਹੋਰ ਚੰਗੀ ਤਰ੍ਹਾਂ ਓੜੀ ਤੁਸੀਂ ਦੂਜੀ ਪਾਲਿਸ਼ ਮੈਨੂੰ ਕਹਿਣ ਨਹੀਂ ਉਹ ਆਪਾਂ ਲੈ ਕੇ ਗਏ ਯਾਰ ਉਦੋਂ ਦੇ ਪੀਪੀਐਫ ਹੋਈ ਪੀਪੀਐਫ ਤੇ ਅਸਰ ਕਰੂਗੀ ਉਹ ਚੀਜ਼ ਹਾਂ ਹਾਂ ਹੈ ਆਪਾਂ ਉਹ ਕੰਮ ਕਰਨਾ ਇੱਕ ਵਾਰ ਹੈਨਾ ਪਰ ਜਿੱਦਣ ਮੈਂ ਹੁਣ ਆਇਆ ਨਾ ਪਿੰਡੋਂ ਅੱਜ ਮੈਂ ਤਾਂ ਪਿੰਡ ਜਾਣ ਦਾ ਮੇਰਾ ਇਰਾਦਾ ਹੈਗਾ ਪੂਰਾ ਪੂਰਾ ਮੇਰੇ ਨਾਲ ਦੇ ਬੰਦੇ ਤਾਂ ਨਹੀਂ ਹੈਗਾ ਸਾਰੇ ਲੱਭਣ ਹੀ ਨਹੀਂ ਡਏ ਮੈਨੂੰ ਦੋ ਦਿਨ ਹੋ ਗਏ ਆ ਹਵਾ ਲੱਗਣ ਵਾਲੀ ਗੱਲ ਗੁਰੂ ਨਿਆਣੇ ਦੇਣ ਡੇ ਮੈਨੂੰ ਫੋਨ ਕਰਦੇ ਆ ਜਦੋਂ ਮੈਂ ਵਟਸਐਪ ਤੇ ਮੈਸੇਜ ਆਉਂਦਾ ਨਾ ਜਾਂ ਸਨੈਪਚੈਟ ਤੇ ਹੈਲੋ ਭਾਜੀ ਮੈਂ ਸਾਲੇ ਨੇ ਪੈਸੇ ਮੰਗਣੇ ਉਹ ਗੱਲ 2000 ਪਾਇਓ 1000 ਪਾਇਓ ਪਾਉਂਦੇ ਥੋੜੇ ਥੋੜੇ ਆ ਕੇ ਪੀੜ ਹੋਣਾ ਵੇ ਧੋਖਣ ਲੱਗੇ ਕਦੀ 1000 ਪਵਾ ਲਿਆ ਕਦੀ 500 ਪਵਾ ਲਿਆ 1000 ਤੋਂ ਘੱਟ ਤੇ ਪਾਉਂਦੇ ਨਹੀਂ ਨਾ ਦੋਨੇ ਖੋ ਗਏ ਮੈਂ ਦੱਸਣ ਨਹੀਂ ਪਿਆ ਦੋ ਸਾਲਿਆਂ ਦੇ ਪਿੰਡ ਨੂੰ ਘੱਲਤੇ ਆ ਤੇ ਦੋ ਜਣੇ ਇੱਥੇ ਲੱਭਣੇ ਡੇ ਨਾਲ ਸਰਪੰਚ ਉਹ ਵੀ ਨਾ ਰਲਿਆ ਵਾ ਚੰਗਾ ਮੇਰੀ ਜਾਨ ਮਿਲਦੇ ਹਾਂ ਕੁਛ ਦਿਨ ਬਾਅਦ ਬ੍ਰੇਕ ਕੇ ਬਾਅਦ ਮਿਲਦੇ ਹਾਂ ਬ੍ਰੇਕ ਕੇ ਬਾਅਦ ਵੀ ਮਿੱਤਰਾ ਰਾਣੀ ਸੁੰਦਰਾ ਦੀ ਕਰਾ ਲਈ ਆਪਾਂ ਵਾਸ਼ਿੰਗ ਪਰ ਸਾਡੀ ਆਪਣੀ ਰਹਿ ਗਈ ਜੇ ਅਸੀਂ ਫੋਨ ਕੀਤਾ ਤੇ ਸਣੀ ਕਹਿੰਦਾ ਬਾਈ ਮੈਂ ਤਾਂ ਇੱਥੇ ਨਹੀਂ ਜੇ ਹੈਗਾ ਮੈਂ ਗਿਆ ਦੋਵਾਂ ਘੰਟੇ ਤੱਕ ਉੱਦਾਂ ਮੈਂ ਆ ਜਾਣਾ ਤੇ ਮੈਂ ਘਰੇ ਤੁਹਾਡੇ ਵਾਲ ਕੱਟ ਜੂੰਗਾ ਤੇ ਮੈਂ ਉਦੋਂ ਤੱਕ ਜਾਣ ਨੀਂਦ ਆ ਗਈ ਤੇ ਫਿਰ ਕੰਮ ਔਖਾ ਹੋ ਜਾਣਾ ਮਿੱਤਰਾ ਅਸੀਂ ਚੱਲ ਜਾਣਾ ਪਿੰਡ ਨੂੰ ਫਿਰ ਅਗਲੀ ਵਾਰ ਆ ਕੇ ਕਟਾਵਾਂਗੇ ਹੈਨਾ ਤੇ ਬਾਕੀ ਫਿਲਹਾਲ ਸਾਡੀ ਸੱਜੀ ਇੱਕ ਦਾ ਫੋਨ ਆਇਆ ਕਹਿੰਦਾ ਬਾਈ ਹਮ ਫਲੈਟ ਪੇ ਹੀ ਹੈ ਆਪ ਇੱਧਰ ਆਏ ਹੋ ਤੋ ਇੱਧਰ ਵੀ ਗੇੜਾ ਲਗਾਤੇ ਜਾਓ ਅਤੇ ਮੈਂ ਆ ਗਏ ਬਾਈ ਨਾਲੇ ਵੈਸੇ ਹੀ ਭੁੱਖ ਲੱਗੀ ਕੁਛ ਔਡਰ ਕਰਕੇ ਉੱਥੇ ਖਾ ਲੈਣਾ ਫਿਰ ਬਾਅਦ ਚ ਵੈਸੇ ਤਾਂ ਆਪਣਾ ਕਾਲੀ ਵੀਰ ਮੇਰੀ ਪੂਰੀ ਜਿਹੜੀ ਮੰਸ਼ਾ ਸੀ ਨਾ ਉਹ ਮੇਰੀ ਹੈਗੀ ਕੌਫੀ ਪੀਣ ਦੀ ਕੌਫੀ ਪੀਣ ਦੀ ਤਾਂ ਸੀ ਕਿਉਂਕਿ ਰਾਤ ਨੂੰ ਜਾਣਾ ਪਿੰਡ ਮੇਰਾ ਪੂਰਾ ਹੈਗਾ ਮਨ ਪਿੰਡ ਜਾਣ ਦਾ ਤਾਂ ਰਾਤ ਰਾਤ ਮੈਂ ਨਹੀਂ ਉਹ ਇਕੱਲੇ ਨੇ ਲੈਣਾ ਫਲੈਟ ਕੁਛ ਨਹੀਂ ਹੁੰਦਾ ਮਾਮਾ ਭੂਤ ਅੰਕਲ ਨੂੰ ਮੈਂ ਸਮਝਾ ਕੇ ਚਾਹੂੰਗਾ ਤੈਨੂੰ ਕੁਛ ਨਹੀਂ ਆਉਂਦਾ ਉਹ ਟੈਨਸ਼ਨ ਨਾ ਲਿਆ ਕਰ ਮੇਰੇ ਹੁੰਦਿਆਂ ਨਹੀਂ ਨਹੀਂ ਬੰਦਾ ਨਹੀਂ ਦੇ ਸਕਦੇ ਨਾ ਬੰਦਾ ਇੱਕ ਰਹਿ ਗਿਆ ਤੇ ਕੁੜੀ ਆ ਵੈਸੇ ਤੇਰੇ ਕਾਬੂ ਨਹੀਂ ਹੋਣਾ ਨੇ ਬਾਜ ਮੇਰੇ ਨਹੀਂ ਕਾਬੂ ਆਉਣ ਡੇ ਕੱਲ ਪਰਸੋਂ ਦੇ ਤੇ ਇਹਨੂੰ ਤੇ ਕਾਲੀ ਵੀਰਾਂ ਨੂੰ ਨਿਆਣੇ ਦੇਣਾ ਕੱਲ ਇਹਨੂੰ ਮੈਨੂੰ ਪਤਾ ਇਹਨਾਂ ਦਾ ਨਹੀਂ ਤੀ ਦੇਖਣ ਇਹਨੂੰ ਦੱਸ ਨਾ ਮਨਸ਼ਾ ਮੈਂ ਕਾਫੀ ਤਾਂ ਹੀ ਪੀਣ ਨੂੰ ਕਹਿਣ ਲੱਗਾ ਕਿ ਮੈਨੂੰ ਨੀਂਦ ਨਾ ਆਵੇ ਚੱਲ ਫਿਰ ਉਹਨੂੰ ਥੱਲੇ ਸੱਦ ਲਈਏ ਕਿਹਨੂੰ ਸੱਜਣ ਨੂੰ ਇੱਕ ਨਾ ਫਲੈਟ ਜਾ ਕੇ ਬਹਿੰਦੇ ਆ ਉਹਨੂੰ ਉੱਤੋਂ ਜੈਨ ਜੂਨ ਕਰਕੇ ਲਿਆਉਣਾ ਪੈਣਾ ਉਹਨੂੰ ਵੀ ਉਹ ਹੀ ਤੈਨੂੰ ਪਤਾ ਬਾਹਰ ਜਾ ਕੇ ਖੁਸ਼ ਨਹੀਂ ਆ ਸਕਦੇ ਉੱਤੋਂ ਉਹਨੇ ਕਾਫੀ ਇੱਥੇ ਤੁਹਾਨੂੰ ਚਾਹ ਪਿਆਉਣਾ ਇਹ ਗੱਲ ਤੇ ਦੀ ਹੈਗੀ ਹੈ ਘਰੇ ਜਿਹੜਾ ਬਣਾਉਂਦਾ ਆਪਣਾ ਮੁੰਡਾ ਦੁੱਧ ਹੀ ਨੀ ਆ ਉਹਦਾ ਵੀ ਇਹੋ ਹਾਲ ਹੈ ਉਹਨੇ ਗੁਰੂਆ ਰਿੰਨੀ ਜਾਣੀ ਦੁੱਧ ਮੰਨ ਲਾ ਜੇ ਆਪਾਂ ਵਿੱਚ ਲੀਟਰ ਪਾਇਆ ਨਾ ਰਿੰਨ ਰਿੰਨ ਕੇ ਉਹਨੇ ਗੁਰੂਆ ਅੱਧਾ ਲੀਟਰ ਅੱਧਾ ਪੌਣ ਲੀਟਰ ਰਹਿੰਦੇ ਨੇ ਕਿੰਨਾ ਰਿੰਨ ਘੱਟ ਦਿਆ ਗੁਰੂਆ ਪਰ ਇਹ ਚਾਹ ਬਣਦੀ ਸਵਾਦ ਪਰ ਮੈਂ ਕਿਸੇ ਜਗ੍ਹਾ ਤੇ ਪੜਿਆ ਸੀ ਕਿ ਜ਼ਿਆਦਾ ਰਿੰਨਾ ਹੋਣਾ ਚਾਹੀਦਾ ਪੱਤੀ ਨੂੰ ਇਹ ਵੀ ਕੈਂਸਰ ਦਾ ਕਾਰਨ ਬਣਦੀ ਹਾਂ ਬਾਕੀ ਯਾਰ ਜਦੋਂ ਕਰਮਾ ਜਿਹੜੀ ਜੀ ਲਿਖੀ ਉਹ ਤਾਂ ਹੋਣੀ ਬਾਕੀ ਇਹ ਹੈ ਕਿ ਇੱਕ ਬਹਾਨਾ ਹੀ ਬਹਾਨਾ ਹੁੰਦਾ ਬਾਅਦ 'ਚ ਹੈਨਾ ਇੰਨਾ ਮਰਜ਼ੀ ਪਰਹੇਜ ਕਰ ਲਏ ਬੰਦਾ ਚੱਲ ਵੀ ਮਿੱਤਰਾ ਚੱਲੀਏ ਨਾਲੇ ਭਤੀਜ ਨੂੰ ਮਿਲਦੇ ਹੀ ਕੀ ਕਰੀਏ ਯਾਰ ਪਛਾਣ ਟਾਈਮ ਪਾਸ ਨਹੀਂ ਹੋਣ ਡਿਆ ਯਾਰ ਕਿੱਦਾਂ ਦੇਣਾਗੇ ਯਾਰ ਸਮਝ ਨਹੀਂ ਲੱਗਦਾ ਸਮਝਾਂ ਬਾਹਰ ਆ ਪਿਆ ਕੰਮ ਯਾਰ ਹਾਂ ਖਾਲੀ ਖਾਲੀ ਹੀ ਦੇਣੇ ਨੇ ਖਾਲੀ ਖਾਲੀ ਜੀ ਗਰਮੀ ਆ ਗਈ ਆ ਚੰਡੀਗੜ੍ਹ ਆਈ ਤੇ ਦੋ ਦਿਨ ਜੀ ਲੱਗਦਾ ਸੀ ਗੁਰੂ ਤਰੇ ਥੱਲੇ ਮੰਜਾ ਛੱਡਦੇ ਸਾਰਾ ਦਿਨ ਤਾਸ਼ ਕੁੱਟੀ ਸੀ ਤੇ ਇਸ਼ਕ ਦੀ ਸ਼ਰਦਾਈ ਦਾ ਗੱਲਾਂ ਤੇ ਕਦੀ ਕੁੱਝ ਕਦੀ ਕੁੱਝ ਅਮਰੀਕਾ ਤੋਂ ਕਿੱਦਾਂ ਆਏ ਜੀ ਵਾਪਸ ਬਸ ਜਦੋਂ ਸਟੋਰੀ ਪਾਈ ਨਾਲ ਹੀ ਆ
ਪ੍ਰਾਈਵੇਟ ਜੈਟ ਵਾਲੀ ਗੱਲ ਦੱਸਣੀ ਚੱਲ ਮੂੰਹ ਨਿਕਲ ਗਈ ਹੁਣ ਯਾਰ ਪੇਪਰ ਹੋਣ ਉੱਥੇ ਟਰੱਕ ਚੱਲਦੇ ਆ ਹੁਣ ਟਰੱਕ ਨਵੇਂ ਲਏ ਦੋ ਉਹਨਾਂ ਦੇ ਪੇਪਰ ਉੱਪਰ ਸੈਨ ਹੋਣ ਵਾਲੇ ਤਾਂ ਕਰਕੇ ਤੁਹਾਨੂੰ ਜਾਣਾ ਪਿਆ ਤੂੰ ਪਿੱਛੇ ਮਾਮਾ ਰੱਬ ਠਾਹੀ ਨਾ ਅਜੇ ਸਵੇਰ ਦੀ ਫਲੈਟ ਚੱਲ ਜਾਓ ਤੇ ਮੈਂ ਹੁਣ ਭੂਤ ਅੰਕ ਨੂੰ ਕਹਿ ਜਾਂਗੇ ਆਪਣਾ ਵੀ ਜੀ ਤੁਸੀਂ ਪਿੰਡ ਨੂੰ ਛੂਟਾ ਵਟੋ ਤੁਸੀਂ ਇੱਥੇ ਹੀ ਕਰਨਾ ਕਾਲੀ ਇੱਥੇ ਕੰਮ ਹੈ ਦੋ ਚਾਰ ਕਿਹੜੇ ਕੰਮ ਆ ਇਹ ਤੁਸੀਂ ਕਾਲੀ ਵੀਰ ਦੇ ਕੰਮ ਹੈਗੇ ਬਿਜ਼ਨਸ ਤੈਨੂੰ ਪਤਾ ਇੱਧਰ ਵੀ ਕਿਤੇ ਮਾੜਾ ਮਾੜਾ ਥੋੜੀ ਆ ਮੋਹਾਲੀ ਦੇ ਵਿੱਚ ਦੱਸਿਆ ਨਾ ਕਦੀ ਫਲੈਟ ਹੈਗੇ ਆਪਣੇ ਫਲੈਟ ਦੋ ਕਿਰਾਏ ਚੜੇ ਤੇ ਆਪ ਕਿਰਾਏ ਦੇ ਫਲੈਟ ਤੇ ਰਹਿਣ ਡਿਆ ਵਾ ਆਪਣੇ ਫਲੈਟ ਕਿਰਾਏ ਚੜੇ ਆ ਕੰਮ ਕਾਰ ਦੱਸਦਾ ਵਿਹਲੇ ਤਾਂ ਇੰਨੇ ਵਿਹਲੇ ਵੀ ਨੀ ਝੂਠ ਮਾਰੀ ਪਊ ਅੱਜ ਬਸ ਦਿਲ ਦੀਆਂ ਗੱਲਾਂ ਕਰਨ ਦੇ ਲਾਈਟਾਂ ਆਪਣੇ ਜਗ ਜਾਂਦੀਆਂ ਬਸ ਇੰਨਾ ਕੰਮ ਹੁੰਦਾ ਜਿੱਦਾਂ ਬਿਸਕੁਟਾਂ ਦੇ ਪੈਕਟ ਪਏ ਆ ਉਹ ਕਈ ਮਤਲਬ ਕਿ ਆਪਾਂ ਖੋਲੇ ਵੀ ਨੀ ਖੁੱਲ ਜਾਂਦੇ ਆ ਜੇ ਪੈਕਟ ਖੁੱਲਾ ਦੋ ਬਿਸਕੁਟ ਖਾਧੇ ਆ ਬਾਕੀ ਸਾਰੇ ਗਾਇਬ ਹੋ ਜਾਣੇ ਆ ਆਪਣੇ ਲਾਗੇ ਨੀ ਆਉਂਦਾ ਮਹਾਰਾਜ ਦਾ ਪਾਠ ਕਰੀਦਾ ਆਪਣੇ ਲਾਗੇ ਨੀ ਆਉਂਦੇ ਬਸ ਇਹ ਆ ਕਿ ਬਾਜਾ ਬੂਜਿਆਂ ਸੁਣਦੀਆਂ ਸੱਚੀ ਸੌਂ ਲੱਗੇ ਮਾਂ ਇਹ ਚੀਜ਼ ਦੇ ਗਵਾਹ ਗੁਰੀ ਭਰਾਵਾ ਮੈਨੂੰ ਗੱਲਾਂ ਦੱਸਦੇ ਆਉਂਦੇ ਤਾਂ ਹੀ ਤਾਂ ਮੈਂ ਕਹਿਣ ਦੇਣਾ ਇਹ ਬੰਦੇ ਸਾਰੇ ਇਹ ਚੀਜ਼ ਦੇ ਗਵਾਹ ਆ ਜਦੋਂ ਬੂਹੇ ਖੁੱਲੇ ਸੀ ਅਸੀਂ ਸਾਰੇ ਫਲੈਟ 'ਚ ਸੀ ਤੇ ਗੁਰੀ ਨੂੰ ਪੁੱਛ ਲਈ ਗੁਰੀ ਚਾਰ ਗੁਰੀ 4 ਵਜੇ ਉੱਠ ਕੇ ਘਰ ਨੂੰ ਭੱਜ ਗਿਆ ਸੀ ਉਹਨੂੰ ਕੋਈ ਚੀਜ਼ ਦਿਖੀ ਇੱਥੇ ਪੁੱਛ ਲਈ ਭਾਵੇਂ ਨੂੰ ਅੱਛਾ ਹਾਂ 4 ਵਜੇ ਉਹਨੂੰ ਜਾਗ ਆਈ ਚੀਖ ਦੀ ਆਵਾਜ਼ ਸੁਣੀ ਉਹਨੂੰ ਕਿਸੇ ਚੀਜ਼ ਦੀ ਉੱਧਰ ਗੱਲ ਸੁਣੀ ਮੈਂ ਰੋਣਾ ਇੱਕ ਦਿਨ ਕੀ ਹੁੰਦਾ ਨਾ ਨਾ ਵੀਰ ਆਂਦੇ ਕੁਛ ਨਹੀਂ ਬਸ ਡਰਾਉਂਦੇ ਆ ਮਾਰ ਬੰਦੇ ਨੂੰ ਨਹੀਂ ਮਾਰਦੇ ਲੱਗੇ ਉਹ ਕਹਿੰਦੇ ਨਹੀਂ ਉਸ ਤਰ੍ਹਾਂ ਮੇਰੇ ਸਾਰੇ ਬੰਦੇ ਤੁਰੇ ਫਿਰਦੇ ਮੈਂ ਕੱਲਾ ਰਹਿ ਵੀ ਨਾ ਸੀ ਉਮਰ ਮਾਮਾ ਮੈਂ ਡਰਦਾ ਰਹਾ ਬਾਅਦ ਚ ਨਹੀਂ ਡਰਨਾ ਕੁਛ ਨਹੀਂ ਕਹਿੰਦੇ ਮਾਮੇ ਲਸ਼ੇਰਾ ਉਹਦੇ ਸਾਹਮਣੇ ਤਾਂ ਕੀ ਕੁਛ ਹੋ ਜਾਂਦਾ ਵਿਚਾਰੇ ਨੂੰ ਸਹੀ ਗੱਲ ਉਹ ਡਰਦਾ ਜੋ ਕੁਝ ਉਹਦੇ ਨਾਲ ਲੜੀ ਛਾਣੋ ਕਿਸੇ ਨਾਲ ਨਹੀਂ ਹੁੰਦਾ ਘੇਰੀਆਂ ਪੈ ਗਈਆਂ ਸੀ ਹੈ ਹੁਣ ਤਾਂ ਘੁੰਮਣ ਘੇਰੀਆਂ ਪੈ ਗਈਆਂ ਸੀ ਦੇ ਪਿੰਡ ਗਏ ਸਾਲਾ ਜੀੜ ਲੱਗਦਾ ਉੱਥੇ ਹੀ ਪੈ ਸੌਂ ਲੱਗੀ ਜਿੱਦਾਂ ਜਿਹੜਾ ਮੋਲ ਆਪਣੇ ਪਿੰਡ ਬਣਦਾ ਹੁੰਦਾ ਸੀ ਨਾ ਪਹਿਲਾਂ ਯਾਰ ਮੈਨੂੰ ਵਾਹਵਾ ਚਿਰ ਹੋ ਗਿਆ ਮਿਲਿਆ ਨਹੀਂ ਚਾਹ ਉਹਨੂੰ ਵੀ ਬੁਲਾਉਂਦੇ ਕਿਸੇ ਦਿਨ ਉਹਨਾਂ ਨੂੰ ਮਾਹੌਲ ਬਣਾਉਂਦੇ ਪਿੰਡ ਆਪਾਂ ਨਾ ਉਹ ਗੱਡੀ ਦੀ ਪਾਰਟੀ ਦੇਣ ਵਾਲਾ ਹੀ ਨਹੀਂ ਮਿਲਿਆ ਐਰਕੀ ਨਹੀਂ ਯਾਰ ਅਗਲੀ ਵਾਰ ਨਾਲ ਲੈ ਕੇ ਆਵਾਂਗੇ ਐਰਕੀ ਤਾਂ ਸਬੱਬ ਨਹੀਂ ਬਣਿਆ ਸਾਡੇ ਨਾਲ ਅਗਲੀ ਵਾਰ ਨਾਲ ਹੀ ਲੈ ਕੇ ਆਵਾਂਗੇ ਮੈਂ ਵੀ ਵੇਹਨੇ ਕੀ ਮਾਹੌਲ ਬਣਦਾ ਨਿਸ਼ਾਨ ਨੂੰ ਵੀ ਤਿਆਰ ਕਰਨਗੇ ਪਿੰਡ ਨੂੰ ਖੜਦੇ ਨੂੰ
ਪਰ ਗੰਦਾ ਉਹਨਾਂ ਨੇ ਸਾਲੇ ਰਾਹ ਉੱਤਰ ਜਾਣਾ ਕਿਹਨੇ ਕੇ ਪਾਸੇ ਲੱਗਣ ਡਿਆ ਕਢਾਈ ਬਣ ਗਈ ਕਾਦੀ ਬਣਾਤੀ ਉਹ ਜਾਨਰ ਭਾ ਉਹ ਟੁੱਟ ਗਿਆ ਵਾ ਕਹਿੰਦੀ ਸੀ ਟੁੱਟ ਗਈ ਪਰਲੀ ਆਪਣੀ ਚੱਲ ਕੋਈ ਨਹੀਂ ਕਿਸ਼ਤਾਂ ਦੇ ਕੋਰਸ ਹੀ ਲੋਨ ਮਿਲ ਜਾਂਦਾ ਹੁਣ ਤੇ ਬਜਾਜ ਫਾਈਨੈਂਸ ਵਾਲੇ ਨੇ ਮੈਨੂੰ ਮਨਾ ਕਰ ਦੇਣਾ ਉਹਨਾਂ ਦੇ ਚੱਲਣ ਡਿਆ ਸੀ ਤੇ ਤੈਨੂੰ ਜਦੋਂ ਬੰਦੇ ਲੱਗੇ ਤੂੰ ਸਾਰਾ ਤੁਮ ਕਰਦਾ ਹੁੰਦਾ ਸਾਲਾ ਤੂੰ ਦੂਜਾ ਘੁਮਾਤਾ ਵਾ ਤੇ ਚਾਚਾ ਦੀ ਬਾਦਸ਼ੀ ਕਰਾਤੀ ਬੰਦੇ ਸਾਡੇ ਹਾਸਾ ਮੂੰਹ ਦੇ ਜਿਹੜਾ ਦਿਖਣ ਡੇ ਇੱਧਰ ਗੱਲ ਕੋਈ ਨੀ ਕਹਿੰਦੇ ਹੱਸੀ ਜਾਂਦੇ ਭੰਗ ਤੇ ਨੀ ਪਈ ਕਿਤੇ ਹਾਂ ਕਿਤੇ ਰਗੜਾ ਪਿਆ ਤਾ ਵੇ ਹੈ ਦੱਸਦੇ ਵੀ ਰਗੜ ਗਏ ਪੂਰੀ ਜਦੀ ਬਾਦਸ਼ੀ ਕੀਤੀ ਤੁਸੀਂ ਤੇ ਨਹੀਂ ਰਹਿਣ ਵਾਲਾ ਕੰਮ ਤੇ ਨੀ ਸਮਝਿਆ ਹੈਗਾ ਜਾਣਾ ਆਪਾਂ ਇਕੱਠੇ ਹੀ ਆ ਨਹੀਂ ਲਾਮੇ ਦੀ ਨੀ ਗੱਲ ਲਾਮੇ ਦੀ ਗੱਲ ਜੀ ਨੀ ਲੱਗਦਾ ਮੇਰਾ ਬਾਦਸ਼ਾਹ ਸਰਪੰਚ ਤੋਂ ਬਿਨਾਂ ਬਾਸ਼ੀ ਕਰਨੇ ਤੁਸੀਂ ਲੱਭਦੇ ਢਿੱਲੋਂ ਨੂੰ ਦੋ ਦਿਨ ਹੋਏ ਕਦੇ ਕਦੇ ਨਾਮੋ ਨਿਸ਼ਾਨ ਨੀ ਹੈਗਾ ਨਾ ਕੋਈ ਸਟੋਰੀ ਨਾ ਕੋਈ ਫੋਟੋ ਲੈਗੀ ਮਾਮਾ ਲੈਗੀ ਕਹਿ ਕੇ ਗਲਤ ਸਮਝਣਾ ਅੱਛਾ ਬਾਸ਼ੀ ਹੋ ਰਹੀ ਹੋਣੀ ਸਾਲੇ ਕਿੱਥੇ ਤੁਹਾਡਾ ਪਿੰਡ ਆ ਕਿਹੜੇ ਪਾਸੇ ਕੀ ਕਿੱਥੋਂ ਦਾ ਕਿੱਥੇ ਪਿੰਡ ਬਣੇ ਗੁਰੂ ਆ ਸਾਰਾ ਲੰਘ ਕੇ ਪੰਜਾਬ ਦੇ ਪਰਲੇ ਪਾਸੇ ਜਾ ਕੇ ਤੁਹਾਡਾ ਪਿੰਡ ਆ ਤਾਂ ਹੀ ਤੇ ਆਪਣੇ ਪਿੰਡ ਨੀ ਜਾਂਦਾ ਮਹਾਲੀ ਜਾਣਾ ਹੀ ਔਖਾ ਕੁੜੀ ਆ ਚੰਗਾ ਬਈ ਬਹੁਤ ਬਹੁਤ ਧੰਨਵਾਦ ਤੇਰਾ ਬੰਦੇ ਸੰਭਾਲਤੇ ਮੈਂ ਦੇਖ ਪੂਰੇ ਨੇ ਬੰਦੇ ਬੰਦੇ ਪੂਰੇ ਪਰ ਦੇਖ ਲੈ ਇਹਨਾਂ ਨੂੰ ਬੰਦੇ ਚੱਕਰ ਨੀ ਪੂਰੇ ਚੱਕਰ ਜ਼ਿਆਦਾ ਬੰਦੇ ਚੱਕਰ ਨੀ ਘੱਟ ਗਏ ਆ ਨੀਂਦ ਚ ਬੰਦੇ ਸਾਰੀ ਰਾਤ ਸੜਕਾਂ ਤੁਰੇ ਫਿਰਦੇ ਨੀਂਦ ਆਪੇ ਆਉਣੀ ਸੁੱਤੇ ਨੀ ਖਾਦਾ ਨੀ ਕੋਈ ਖਾਣਾ ਕਿੱਥੋਂ ਭੁੱਖ ਭੁੱਖ ਲੱਗੀ ਨੀ ਹੋਣੀ ਲੋਕਾਂ ਨੂੰ ਲੱਗਣ ਡੇ ਪਿਆ ਸੀ ਲੱਗਦੇ ਬੰਦੇ ਸਾਰੇ ਪਿੰਡ ਨੂੰ ਘੱਲਦੇ ਢਿੱਲ ਕੱਲਾ ਹੀ ਫਿਰ ਰਹਿ ਗਿਆ ਹੌਲੀ ਹੌਲੀ ਮੈਂ ਕਾਬੂ ਕੀਤੇ ਦੁਪਹਿਰੇ ਕਾਲੀ ਵੀਰ ਕਾਬੂ ਕੀਤਾ ਤੇ ਸਰਪੰਚ ਨੇ ਕਾਬੂ ਹੋਣ ਹੀ ਡੇ ਕੁੜੀ ਮਾਲੀ ਛੱਡ ਗਏ ਸੀ ਤੇ ਪਟਿਆਲੇ ਤੋਂ ਪਰਲੇ ਪਾਸੇ ਜਾ ਬੈਠੇ ਸੀ ਫੋਨ ਕਰ 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 ਦਸਾਂ ਮਿੰਟਾਂ ਜਾ ਕੇ ਪੰਜਾਂ 'ਚ ਜਾ ਕੇ ਉਹ ਤਾਂ ਪਤਾ ਹੀ ਬਾਏ ਲੱਗਾ ਤੇ ਉਹ ਪਟਿਆਲਾ ਏਰੀਆ ਘਿਰ ਕੇ ਬੈਠੇ ਸੀ ਉਹ ਕਿੱਥੇ ਪੈਂਦਾ ਪਿੰਡ ਵੇਖ ਫਿਰ ਵੀ ਹੈਂ ਉਹ ਤਾਂ ਪਟਿਆਲੇ ਤੋਂ ਕਿੰਨਾ ਹੀ ਗਾਂਹ ਗੁਰੂ ਆ ਉਹ ਤਾਂ ਮੇਰੇ ਹਿਸਾਬ ਨਾਲ ਆਪਣੇ ਤਰਨ ਤਾਰਨ ਦੇ ਦੋ ਤਿੰਨ ਗੇੜੇ ਵੱਜ ਜਾਂਦੇ ਹੋਣੇ ਜਿੰਨਾ ਪੈਂਡਾ ਪੈ ਜਾਂਦਾ ਮੈਂ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਈਏ ਬੰਦਿਆਂ ਨੂੰ ਹੈਂ ਕਿੱਦਾਂ ਬੈਠੇ ਵੇ ਮੂੰਹ ਸੁੱਟ ਕੇ ਆਉਣੀ ਬਾਸ਼ੀ ਹੋਣ ਡੀ ਵੇ ਹਜੇ ਵੀ ਫੋਨ ਤੋਂ ਨਿਕਲਣ ਡੇ ਬਾਸ਼ੀ ਨਹੀਂ ਹਜੇ ਹਜੇ ਪੂਰੀ ਨਹੀਂ ਬਾਸ਼ੀ ਲੱਗਦਾ ਸਰਪੰਚ ਮੈਨੂੰ ਕਹਿੰਦਾ ਆਪਾਂ ਛੇਤੀ ਨਹੀਂ ਪਿੰਡ ਨੂੰ ਚੱਲ ਜੇ ਲੱਗੇ ਕੋਈ ਨਹੀਂ ਫਿਰ ਆ ਜਾਵਾਂਗੇ ਹੈਂ ਕਿਸ ਚੜ੍ਹ ਕੇ ਆਈ ਸਿਰ 'ਤੇ ਮੇਰੇ ਨੂੰ ਟੈਨਸ਼ਨ ਬੜੀ ਹੈਂ ਦੱਸਦਾ ਨਹੀਂ ਆਹ ਜਿਹੜੇ ਇੱਕ ਤਰੀਕ ਤੋਂ ਲੈ ਕੇ ਦਸ ਤਰੀਕ ਤੱਕ ਹੁੰਦੇ ਨਾ ਟੈਨਸ਼ਨ ਵਾਲੇ ਹੁੰਦੇ ਆ ਕਿਸ਼ਤ ਫਲੈਟ ਦੇ ਕਿੰਨੀਆਂ ਚੀਜ਼ਾਂ ਦੀਆਂ ਕਿਸ਼ਤਾਂ ਆ ਜਾਂਦੀਆਂ ਹੈਂ ਦੱਸਦਾ ਨਹੀਂ ਅਜੇ ਦੋ ਚਾਰ ਲੋਨ ਮੈਂ ਹੋਰ ਲੈਣੇ ਆ ਤਰਾ ਕੰਮ ਰੋਟੀ ਰੋਟੀ ਹੋਣ ਲੱਗਾ ਜੀ
ਮੈਂ ਤੁਹਾਨੂੰ ਆਖਿਆ ਮੈਂ ਫਲੈਟ ਜਾ ਕੇ ਖਾ ਲਓ, ਕਹਿੰਦੇ ਨਹੀਂ ਗਰਮਾ ਗਰਮੀ ਖਾਣੀ ਆ। ਮਰਨ ਡੇ ਬੰਦੇ ਪੂਰੇ ਮੇਰੇ ਨਾਲ ਕਾਹਨੂੰ ਗੱਲਾਂ ਪਈਆਂ। ਨਹੀਂ ਹੁਣ ਮਿੱਠਾ ਲੱਭਦੇ ਜੇ, ਚਲੋ ਹੈਂ ਕਿਉਂ ਸ਼ਾਹ ਮਿੱਠਾ ਖਵਾ ਦਿੱਤਾ ਇਹਨਾਂ ਨੂੰ, ਕੀ ਲੱਭਦੇ ਆ। ਗੱਲ ਕਹਦੀ ਆ ਇਹ ਰੋਟੀ ਖਾਧੀ ਗਈ ਜ਼ਿਆਦਾ ਰੱਜ ਕੇ, ਇੱਧਰ ਬੰਦੇ ਸਾਡੇ ਹੋਰ ਹੀ ਡੀਲਾਂ ਕਰੀ ਜਾਂਦੇ ਆ। ਕਾਲੀ ਵੀਰ ਕਹਿੰਦਾ ਪੌੜੀਆਂ ਚੜ੍ਹ ਕੇ ਜਾਈਏ, ਮੈਂ ਜੇ ਪੌੜੀਆਂ ਚੜ੍ਹ ਕੇ ਚੱਲ ਗਏ ਤਾਂ ਬੰਦਿਆਂ ਦਾ ਪ੍ਰੈਸ਼ਰ ਬਣ ਜਾਣਾ, ਕੁੜੀ ਆ ਉੱਥੇ ਤਾਂ ਕੰਮ ਹੋਰ ਹੀ ਹੋ ਜਾਣਾ ਫਿਰ, ਦੱਸਦੇ ਨਹੀਂ। ਪਰ ਨਹੀਂ ਚੌਲਾਂ ਜੀ ਤਾਂ ਬਾਹਲੀ ਥਈ ਜੀ ਨੱਪੀ ਮੈਂ ਤਾਂ ਆਪ ਗੁਰੂਆ, ਮੈਂ ਸਹੀ ਗੱਲ ਦੱਸਾਂ ਰੋਟੀ ਆਪਣੇ ਪੱਕੇ ਬੰਦੇ ਇੱਥੇ ਇਹ ਵੀਰ ਹੈਗਾ ਜਿੰਨੇ ਵਾਲੇ ਸਾਡੇ ਕੇ ਸੰਧੂ ਹੈਗੇ ਆ, ਹੈਂ ਅਤੇ ਨਾਲੇ ਜੈਜ ਰੇਟ ਦੀ ਜੈਜ ਰੇਟ ਅਤੇ ਨਾਲੇ ਰੋਟੀ ਸਵਾਦ। ਉਹ ਵੇਲੀ ਅਸੀਂ ਗਏ ਇੱਕ ਦੋ ਵਾਰ ਗੁਰੂ ਸਾਡਾ ਮਨ ਹੀ ਉੱਠ ਗਿਆ ਅਤੇ ਲੱਸੀ ਲੁੱਸੀ ਚੱਲ ਮਾੜੀ ਮੋਟੀ ਸਵਾਦ ਹੁੰਦੀ, ਪਰ ਰੋਟੀ ਦੀ ਡਾਂਡੀ ਲਾਈ ਹੁੰਦੀ ਨੇ ਬਸ ਇੱਕ ਨਾ ਕਰਕੇ ਹਿਲ ਜਾਈਦਾ ਉੱਥੇ। ਪਰ ਮੈਂ ਨਹੀਂ ਕਦੀ ਗਿਆ, ਇੱਕ ਵਾਰ ਮੈਂ ਇਹਨਾਂ ਨਾਲ ਚੱਲ ਗਿਆ, ਮੈਂ ਗੀਤ ਨਾਲ ਗਿਆ ਸੀ ਮੈਂ, ਤੋਂ ਭੁੱਖ ਵੀ ਲੱਗੀ ਤੋਂ ਰੋਟੀ ਕੁੜੀ ਸਵਾਦ ਨਾਲ, ਅਤੇ ਮੈਂ ਉਸ ਤੋਂ ਬਾਅਦ ਮੈਂ ਨਹੀਂ ਬਈ ਸਾਨੂੰ ਸਾਡੇ ਰੋਟੀ ਵੀ ਉਹਨਾਂ ਨੂੰ ਖਾਈ ਤੀ ਹੁਣ ਪਹੁੰਚੀ ਤੇਰੀ ਤੇਰੀ ਭੈਣ ਤੇਰੀ ਮੈਂ ਖੰਘ ਢਾਉਣੀ ਹੋ ਅੱਜ ਜਾ ਕੇ, ਮੈਨੂੰ ਇੱਕ ਤੋਂ ਮੈਸੇਜ ਆ ਕਹਿੰਦੇ ਮੰਨੇ ਦੀ ਖੰਘ ਨੂੰ ਲਗਟਾਈ ਨਹੀਂ ਜਾਣ ਦੀ, ਇੰਨੇ ਬੰਦੇ ਸਰਪੰਚਾਂ ਇਹਨੇ ਖੰਘ ਦੇ ਟਾਓ ਇਹਦੀ ਹੈ ਸਰਪੰਚ ਹੋਣੀ ਦੀ ਗੱਡੀ ਸਾਡੀ ਪਾਰਕਿੰਗ ਫਿਰ ਕੋਈ ਲਾ ਗਿਆ ਹੈ ਸਾਨੂੰ ਉੱਤੇ ਲਾਉਣੀ ਪੈਣੀ ਆ ਹੈ ਨਹੀਂ ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ ਆਨੰਦ ਲੈਂਦੇ ਬਾਦਸ਼ੀ ਕਰਦੇ ਬਾਦਸ਼ੀ ਲਾਈਵ ਕਿਸੇ ਅੰਬਰਸਰ ਦੇ ਭਾਊ ਨੇ 02 ਨੰਬਰ ਗੱਡੀ ਦਾ ਅਸੀਂ ਉੱਤੇ ਲਾ ਦਿੰਦੇ। ਦੱਸੋ ਫਿਰ ਮੁੰਡਿਆ ਜਾਣਾ ਹੁਣ ਪਿੰਡ ਕੇ ਸਵੇਰ ਜਾਣਾ ਜੀ ਤੁਸੀਂ ਹੈ ਤੁਸੀਂ ਹੁਣ ਵੀ ਸੋਣਾ ਤੇ ਸਵੇਰੇ ਵੀ ਤੁਸੀਂ ਗੱਡੀ 'ਚ ਸੋਣਾ ਤੇ ਜੇ ਆਪਾਂ ਪਿੰਡ 'ਚ ਲੱਗੇ ਤੇ ਕਾਲੀ ਵੀਰ ਨੇ ਮੇਰੇ ਸਾਲ ਬਾਹਰ ਸੋਣਾ ਸਵੇਰੇ ਥੋੜੀ ਨੀਂਦ ਖਰਾਬ ਹੋ ਗਈ ਹੁਣ ਗੱਡੀ ਜਾ ਕੇ ਸੋਣਾ ਬਸ ਦੋ ਪੈਰ ਪੁੱਟਣ ਦੇ ਫਿਰ ਘਰ ਜਾ ਕੇ ਸੋਣਾ ਕੰਮ ਸਵੇਰੇ ਵੀ ਇਹੋ ਹੋਣਾ ਮੂਡ ਤੁਹਾਡਾ ਕਦੀ ਵੀ ਨੀ ਬਣਾ ਜਿੰਨੀ ਤੁਸੀਂ ਬਾਸ਼ੀ ਕਰਨੇ ਭੈਣ ਚੋ ਮੈਨੂੰ ਪਤਾ ਦੱਸਣ ਡਿਆ ਮੈਂ ਤਾਂ ਹੀ ਇਹਨਾਂ ਨੂੰ ਫੋਨ ਤੈਨੂੰ ਦੱਸਿਆ ਕਿ ਪਿੰਡ ਜਾਣਾ ਮੈਂ ਇਹਦੇ ਕਹਿਣਾ ਉੱਥੇ ਰਹਿ ਪੈਣਾ ਇਹਨਾਂ ਨੇ ਕਹਿਣਾ ਸੀ ਲਾਡੀ ਨਹੀਂ ਕਾਲੀ ਵੀਰ ਤਾਂ ਤੂੰ ਅੱਧ ਮਰੇਗਾ ਚੱਲ ਕਾਲੀ ਵੀਰ ਨੇ ਦੋ ਚਾਰ ਕੰਮ ਕਰਨੇ ਇਹਨਾਂ ਦੇ ਕਾਲੀ ਵੀਰ ਤੇਰੇ ਨਾਲ ਚੁੱਕੀ ਵੀਰੇ ਗੁਜਰ ਦੱਸਦੇ ਨੀ ਤੇ ਜਾ ਕਾਲੀ ਵੀਰ ਅੱਧ ਮਾਰ ਦੂਗਾ ਚੱਲੀਏ ਸਰਪੰਚ ਬਾਦਸ਼ੀ ਜਿਆਦੀ ਹੋਣ ਡੀ ਆ ਐਵੇਂ ਕੁੜੀ ਹੈ ਫੇਰ ਆ ਜਾਣਗੇ ਕੋਈ ਨੀ ਜਿਹਨੂੰ ਟਾਈਮ ਟੂਮ ਦਿੱਤਾ ਉਹਨੂੰ ਕਹਿੰਦੇ ਕੁੜੀ ਮੇਰੀ ਬਾਦਸ਼ੀ ਖਤਮ ਹੋ ਗਈ ਮੇਰੇ ਪੇਪਰ ਖਤਮ ਹੋ ਗਏ ਬਾਦਸ਼ੀ ਡੇਟ ਮੁੱਕ ਗਈ ਉਹਨੂੰ ਕਿਹਾ ਮੈਂ ਪੇਪਰ ਥੋੜੇ ਟਾਈਮ ਤੇ ਲੈ ਕੇ ਆਇਆ ਸੀ ਤੇ ਇਹ ਮੇਰੇ ਬਸ ਪੇਪਰ ਉਹਨੂੰ ਦੁਬਾਰਾ ਬਣਾਉਣੇ ਪੈਣੇ ਥੋੜੇ ਦਿਨ ਤੱਕ ਮਿਲਦੇ ਆ ਜਿਹੜੇ ਕਿੱਦਾਂ ਕੱਢ ਲਿਆ ਜਿੱਦਾਂ ਰਹਿਣਾ ਹੁੰਦਾ ਮੈਂ ਆਖਿਆ ਰਹਿ ਜਾਂਦਾ ਬੈਗ ਭਾਈ ਪਰ ਨਹੀਂ ਇਹਨਾਂ ਨੂੰ ਲੱਗਦਾ ਸੀ ਉੱਤੇ ਬੈਗ ਲੈ ਜਾਂਗੇ ਸ਼ਾਇਦ ਮੂਡ ਬਦਲੀ ਜਾਵੇ ਮੈਂ ਰਹਿ ਪੈਂਦਾ ਤੁਸੀਂ ਉਹ ਪਿੰਡੋਂ ਬਸ ਜਾ ਕੇ ਕਿਸ਼ਤੀ ਤਾਰਨੀ ਗੱਡੀ ਦੀ ਦੱਸਦੇ ਨੀ ਜੇ ਤਾਰ ਸਕਦੇ ਤਾਂ ਵਿਹਲੋ ਭਾਊ ਹੈਂ ਖਾਤਾ ਵਿਹਲਾ ਕਰ ਜਾਂਦੀਆਂ ਕਿਸ਼ਤਾਂ ਅੱਜ ਜਿਹੜੀਆਂ ਪੰਚਰ ਚ ਜਾਂਦੀਆਂ ਹੁੰਦੀਆਂ ਤੇਰੀ ਭੈਣ ਅੰਗੂਠਾ ਭਾਵੇਂ ਤੇਰਾ ਘਰ ਜੇ ਭੈਣ ਚ ਹੈਂ ਦੱਸਦੇ ਨੀ ਇਹ ਹੁਣ ਮੈਸੇਜ ਕਰਨ ਰਹਿਣੇ ਆ ਕਿ ਉਹ ਬੈਕ ਸਾਈਡ ਬੈ ਲਿਆਂਦਾ ਜੀ ਗੱਡੀ ਸਾਈਡ ਤੇ ਪਿਆ ਜਾਓ ਲੋਏ ਥੱਲੇ ਹੁਣ ਇਹ ਨਾ ਅਸਲ ਦੇ ਵਿੱਚ ਮੈਸੇਜ ਕਰਨ ਡੇ ਆ ਕਿ ਬੁਗੀਏ ਅਸੀਂ ਚੱਲ ਜਾਣਾ ਸਿਰੇ ਪਿੰਡ ਨੂੰ ਜਿਹਦੇ ਨਾਲ ਡੀਲਾਂ ਡੂਲਾਂ ਕਿਤੇ ਕੀਤੀਆਂ ਨਾ ਹੁਣ ਡੀਲਾਂ ਹੁਣ ਲੱਗੀਆਂ ਕੈਂਸਲ
ਬੁਗੀਏ ਅਸੀਂ ਚਲ ਜਾਣਾ ਪਿੰਡ ਨੂੰ ਅਤੇ ਮੇਰਾ ਪੁੱਤ ਅੰਮ੍ਰਿਤਸਰ ਹੀ ਮਿਲਾਂਗੇ, ਇੱਥੇ ਨਹੀਂ ਬਾਸ਼ੀ ਹੋਣੀ, ਜਿਹੜੀ ਕਰ ਲਈ ਤੇ ਉਹਦੇ ਠੀਕ ਹੈ। ਇੱਧਰ ਵੇ ਹੈ ਇੱਧਰ ਵੇ ਸਮਾਈਲਾਂ ਸਮਾਈਲਾਂ ਚੈੱਕ ਕਰੋ ਬੰਦਿਆਂ ਡੇ ਤੁਸੀਂ, ਸਮਾਈਲਾਂ ਕੀ ਕਹਿ ਰਹੀਆਂ ਜੀ, ਸਮਾਈਲਾਂ ਕਹਿ ਰਹੀਆਂ ਵਾ ਕਿ ਬੁਗੀ ਕੰਮ ਕੈਂਸਲ ਹੋ ਚੁੱਕਾ ਹੈ, ਸਾਡੀ ਬਾਸ਼ੀ ਖਤਮ ਹੋ ਚੁੱਕੀ ਆ। ਫੋਨ ਚੰਗਾ ਲੱਗਣ ਡਿਆ, ਉਹ ਸਹੀ ਗੱਲ, ਫੋਨ ਤੇ ਮੇਰਾ ਪ੍ਰੋਗਰਾਮ ਕੈਂਸਲ ਹੋ ਗਿਆ ਤੇ ਫੋਨ ਕਿੱਥੋਂ ਚੰਗਾ ਲੱਗਣਾ ਭਾਈ, ਹੈਂ ਬਾਸ਼ੀ ਕੁੜੀ ਖਤਮ ਹੋ ਗਈ ਆ ਤੇ ਹੈਂ ਸਫਾਈ ਵੀ ਕਰਨ ਲਈ ਦੁਬਾਰਾ ਹੋ ਗਈ ਆ, ਲੱਗਦਾ ਮੈਂ ਫਲੈਟ ਸਾਫ਼ ਕੀਤਾ ਇੱਧਰ ਵੇਚ ਚੱਕਰ ਤੁਸੀਂ, ਤੁਹਾਡਾ ਮੈਂ ਕੰਮ ਤੁਹਾਡਾ ਵਧਾ ਤਾ, ਦੇਖ ਵੀ ਫੋਨ ਤਾਂ ਲੱਥ ਨਹੀਂ ਸਕਦਾ ਕਦਮ ਲਾਉਣ ਤੇ, ਇੱਦਾਂ ਕਿੱਦਾਂ ਲੱਥ ਜੂ ਫੋਨ ਕਰਨ ਤੋਂ। ਪਹੁੰਚ ਗਏ ਯਾਰ ਨਹੀਂ ਫਲੈਟ ਦੇ ਵਿੱਚ ਤੇ, ਪਰ ਫੋਨ ਦੇ ਬਿਨਾਂ ਬੜਾ ਔਖਾ ਤੇ ਮੇਰੇ ਇੱਕ ਫੋਨ ਦਾ ਚਾਰਜਰ ਦੀ ਲੀਡ ਨਹੀਂ ਲੱਭਣ ਡੀ ਤੇ ਗੁਰੂਆ ਇੰਨੀ ਜਾਣ ਤੰਗ ਗਈ ਪਈ ਤੇ ਫੋਨ ਦੀ ਬੈਟਰੀ ਹੈਗੀ ਵੀ 2% ਜੀ, ਨਾ ਲੱਭਾ ਚਾਰਜਰ ਤੇ ਸਨੈਪਚੈਟ ਵੀ ਉਸੇ ਫੋਨ 'ਤੇ ਚੱਲਦੀ, ਬੜਾ ਕੰਮ ਔਖਾ ਹੋਣਾ ਹੈ, ਫੋਨ ਬਿਨਾਂ ਬੜਾ ਔਖਾ ਨਾ, ਰੋਟੀ ਬਿਨਾਂ ਸਰ ਜੂ ਸਾਡਾ, 2 ਘੰਟੇ ਬੰਦ ਲੇਟ ਮਿਲ ਜੂ ਕੋਈ ਗੱਲ ਨਹੀਂ, ਫੋਨ ਬੰਦ ਹੋ ਗਿਆ ਸਾਡਾ ਉਹ ਨਹੀਂ ਸਰਦਾ ਹੈ। ਅਤੇ ਇੱਕ ਮੈਂ ਬੈਠਾ ਇੱਥੇ ਕਮੈਂਟ ਪੜ੍ਹਨ ਡਿਆ ਸੀ, ਬਈ ਵਲੋਗ ਅਸੀਂ ਬਣਾਉਂਦੇ ਹਾਂ ਫੰਕਸ਼ਨ ਲਈ ਬਣਾਉਂਦੇ ਹਾਂ, ਵਿੱਚ ਕਈ ਭਰਾ ਕੁਝ ਗੱਲਾਂ ਜਿਹੜੀਆਂ ਫੰਕਸ਼ਨ ਲਈ ਕੀਤੀਆਂ ਹੁੰਦੀਆਂ ਜਾਂ ਰੌਣਕ ਮੇਲਾ ਕਰਦੇ ਹੁੰਦੇ, ਉਸ ਚੀਜ਼ਾਂ ਨੂੰ ਸੀਰੀਅਸ ਲੈ ਕੇ ਅਤੇ ਕਮੈਂਟ ਕਰਦੇ ਹੁੰਦੇ ਕਿ ਬਾਈ ਆਹ ਚੀਜ਼ ਤੁਸੀਂ ਇੱਦਾਂ ਨਾ ਕਰਿਆ ਕਰੋ, ਜਾਂ ਵਲੋਗ ਸਿਰਫ ਇੰਟਰਟੇਨਮੈਂਟ ਕਰਨ ਲਈ ਆ, ਹੈ ਨਾ, ਉਹਦਾ ਮਤਲਬ ਕਿ ਉਹਨੂੰ ਸੀਰੀਅਸ ਨਾ ਲਿਆ ਕਰੋ ਗੱਲਾਂ ਨੂੰ ਜਿਹੜੀਆਂ ਨੂੰ ਅਸੀਂ ਕੱਲ੍ਹ ਪਰਸੋਂ ਕੋਈ ਹਾਸਾ ਪਜਾ ਕੇ ਮਾਂ ਵੀ ਇਹਨੂੰ ਕਰਨ ਡਿਆ ਸੀ ਪਹਿਲਾਂ ਮੈਂ ਕਿਹਨੂੰ ਕਰਨ ਡਿਆ ਸੀ, ਉਸ ਚੀਜ਼ ਦੀ ਬਈ 3-4 ਕਮੈਂਟ ਬਾਈ ਨੇ ਕੀਤੇ ਬਾਈ ਯਾਰ ਇੱਦਾਂ ਨਹੀਂ ਇੱਦਾਂ ਨਾ ਕਿਹਾ ਕਰੋ ਤੁਸੀਂ ਇੱਕ ਦੂਜੇ ਨੂੰ, ਜਾਣ ਸਿਰਫ ਹਾਸਾ ਮਜ਼ਾਕ ਕਰੀਦਾ ਵਾ ਅਤੇ ਨਾਲੇ ਹਾਸਾ ਮਜ਼ਾਕ ਅਸੀਂ ਆਪਸ 'ਚ ਕਰਦੇ ਅਸੀਂ, ਕਿਸੇ ਨੂੰ ਥੋੜ੍ਹੀ ਕਹਿੰਦੇ ਜਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਹਾਂ ਕਿੱਦਾਂ ਨਾਂ ਲੈਂਦੇ ਹਾਂ, ਅਸੀਂ ਆਪਣੇ ਆਪ 'ਚ ਹੀ ਮਸਤ ਰਹਿੰਦੇ ਹਾਂ, ਤੁਹਾਨੂੰ ਸਹੀ ਗੱਲ ਦੱਸੀ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਹੈ ਨਾ, ਅਤੇ ਜਿਹੜੇ ਭਰਾ ਇੱਦਾਂ ਸੋਚਦੇ ਉਹ ਵੀ ਇੱਦਾਂ ਨਾ ਸੋਚਿਆ ਕਰੋ, ਜਾਣੇ ਮੇਰੀ ਛੋਟੀ ਜਿਹੀ ਜ਼ਿੰਦਗੀ ਆ, ਪਤਾ ਨਹੀਂ ਆਖਰੀ ਸਾਹ ਕਦੋਂ, ਹੈ ਨਾ, ਸਮਝ ਲਓ ਸਮਝੀ ਦਿੰਦਾ, ਤਾਂ ਕਰਕੇ ਬਸ ਇੰਜੋਏਮੈਂਟ, ਹੱਸ ਲਿਆ, ਖੇਡ ਲਿਆ, ਖਾ ਲਿਆ, ਪੀ ਲਿਆ, ਤੁਰ ਲਿਆ, ਫਿਰ ਲਿਆ, ਬਸ ਇਹੋ ਜ਼ਿੰਦਗੀ ਆ। ਅਤੇ ਹੁਣ ਮੁੱਕਦੀ ਗੱਲ ਇਹ ਆ ਕਿ ਮੈਂ ਚਾਰਜ ਦੀ ਲੀਡ ਲੱਭਾਂ, ਮੇਰੇ ਫੋਨ ਦਾ ਕੰਮ ਖਰਾਬ ਹੋਇਆ ਨਹੀਂ ਤਾਂ ਗੁਰੂਆ ਫੋਨ ਜੇ ਨਾ ਹੁਣ ਹੋਇਆ ਲੀਡ ਨਾ ਲੱਭੀ ਤਾਂ ਸਨੈਪਚੈਟ ਨਹੀਂ ਚੱਲਣੀ, ਕਈ ਪਾਊ ਸਨੈਪਚੈਟ 'ਤੇ ਵੀ ਚਿੱਤ ਲਾ ਛੱਡਦੇ ਆਪਣਾ, ਹੈ ਨਾ, ਮੈਸੇਜ ਮੁਸੀ ਕਰਦੇ ਰਹਿੰਦੇ ਆਪਾਂ ਸਟੋਰੀਆਂ ਪਾਉਂਦੇ ਰਹੀਦਾ, ਅਤੇ ਉਹ ਤੋਂ ਬੜਾ ਫਿਰ ਗੱਲ ਨਹੀਂ ਬਣਨੀ, ਸੋ ਲੀਡ ਦਾ ਇੰਤਜ਼ਾਮ ਕਰਾਂ, ਨਹੀਂ ਤਾਂ ਮੈਂ ਕਿਸੇ ਪਾਸੇ ਲੱਭ ਉਹਨੂੰ ਜਾਣੀ ਆ। ਬੰਦੇ ਨੂੰ ਮੈਂ ਗੱਲਿਆ, ਮੈਂ ਗੱਡੀ 'ਚ ਲੀਡ ਵੇਖ ਕੇ ਆ, ਕਹਿੰਦਾ ਬਾਈ ਗੱਡੀ 'ਚ ਹੈ ਨਹੀਂ ਆ, ਹੁਣ ਮੈਂ ਆਪ ਸਿਆਣੇ ਹੱਥੀ ਮੈਂ ਪਤਰਾ ਕਸ਼ਟ ਕਰਨਾ ਹੀ ਪਿਆ ਹੈ, ਲੀਡ ਗੱਡੀ 'ਚ ਨਹੀਂ ਲੱਭ ਗਈ ਅਤੇ ਬੰਦੇ ਨੂੰ ਫਿਰ ਮੈਂ ਦੱਸਦਾ ਮਾਮਾ ਚੰਗੀ ਤਰ੍ਹਾਂ ਵੇਖ ਕੇ ਨਹੀਂ ਗਿਆ, ਬੁੜੀਆਂ ਵੱਲ ਧਿਆਨ ਇਹਨਾਂ ਦਾ, ਦੱਸਦਾ ਨਹੀਂ ਲੈ ਵੀ ਰਾਣੀ ਸੁੰਦਰਾ ਧਵਾਈ ਥੱਲੇ ਵਾਲੀ ਪਾਰਕਿੰਗ 'ਚ ਕਿਸੇ ਨੇ ਗੱਡੀ ਲਾਈ ਆ ਅਤੇ ਸਾਨੂੰ ਤੇ ਲੀਡ ਨਹੀਂ ਲੱਭੀ, ਬੜੀ ਹੈਰਾਨੀ ਵਾਲੀ ਗੱਲ, ਸਾਡੀਆਂ ਲੀਡਾਂ ਅੱਗੇ ਵੀ ਗੁਆਚੀਆਂ, ਮੈਂ ਤਾਂ ਹੈਰਾਨ ਹੀ ਰਹਿ ਗਿਆ, ਮੈਂ ਸਿਰਫ ਗੱਡੀ ਹੈਡਫੋਨ ਚਾਰਜ ਲਾਏ ਲੀਡ ਦੇ ਨਾਲ, ਅਤੇ ਮੈਂ ਨਾ ਗੁਰੂਆ ਇੰਨੇ ਤੁਹਾਡੇ ਨਾਲ ਵੀ ਆਇਆ ਕਰੀ, ਅਸੀਂ ਤਾਂ ਅੱਜ ਬੰਦੇ ਸਾਡੇ ਨਾ ਪਤਾ ਕਿ ਕਿਤੇ ਫੋਨ ਪਾਣ ਚਾਰਜ ਕੀਤੇ ਨੇ, ਮੈਂ ਇਹਨੂੰ ਇੰਨਾ ਜਿੱਦਾਂ ਮੈਂ ਹੈਡਫੋਨ ਚਾਰਜ ਲਾਇਆ ਗੱਡੀ ਦੇ ਵਿੱਚ, ਕਮਾਲ ਹੋ ਗਈ ਯਾਰ, ਬੰਦੇ ਸਾਡੇ ਨੇ ਫਿਰ ਕੁਝ ਔਡਰ ਕਰ ਲਏ, ਢਿੱਡ ਭਰਿਆ ਨਹੀਂ ਲੱਗਦਾ ਇਹਨਾਂ ਦਾ, ਸਰਪੰਚਾਂ ਇੰਨੀ ਭੁੱਖ ਭੈਣ ਚੋ, ਰੋਟੀਆਂ ਨਾਲ ਲੇਟ ਕੇ ਤੇ ਫਿਰ ਕੁਝ ਮੰਗਾ ਲਿਆ, ਕੀ ਮੰਗਾਇਆ ਜੀ, ਹੈ ਚੂਰੀ, ਲੈ ਤੁਸੀਂ ਸਾਡੇ ਡੈਡੀ ਸਾਡੇ ਸ਼ਰਾਰਤੀ ਵਿੱਚ, ਹੈ ਉਹ ਦੇਸੀ ਘਿਓ ਕੁੜੀ ਹੈਗੀ ਤਾਂ ਬਾਹਰ ਤੱਕ ਵਗਦਾ ਹੁਣ ਡਿਆ, ਆਹ ਉਰਲੇ ਪਾਸੇ ਕਿੰਨੇ ਡੱਬੇ ਮੰਗਾਏ ਜੀ, ਹੈ ਦੋ ਨਹੀਂ ਲੱਗਦੇ ਤੁਸੀਂ, ਤੁਹਾਡੀ ਭੈਣ
ਸਾਰਾ ਦਿਨ ਕੁੜੀ ਹੈ ਵੀ ਡੇਟਿੰਗ ਕਰਕੇ ਮੈਂ ਕਮਲਾ ਹੋ ਗਿਆ ਵਾ ਤੇ ਹਲੇ ਰੋਟੀ ਖਵਾਤੀ ਬੰਦੇ ਸਾਡੇ ਨੂੰ ਤੇ ਚੂਰੀ ਮਗਾ ਲਈ ਸਰਪੰਚ ਵੇਖ ਕੇ ਬਾਅਦ ਅੰਦਰੋਂ ਬਾਹਰ ਆ ਗਏ ਸਬਰ ਤਾਂ ਹੈ ਨੀ ਜਾਦੀ ਸਾਰਾ ਕੇ ਚੂੜੀ ਕੋਲ ਆ ਮੈਂ ਥੋੜੀ ਖਾਣੀ ਆ ਉਹ ਫੜਦਾ ਜਿੰਨੇ ਪਦਾਰਥ ਆਈ ਝਾੜੇ ਨਾ ਤੁਸੀਂ ਡੱਬਾ ਗਲੇ ਛੱਡ ਤੁਸੀਂ ਡੱਬਾ ਖਾਣਾ ਵਾ ਚੂਰੀ ਖਾ ਕੇ ਬੁੜੇ ਪਹੁੰਚ ਆ ਗਈ ਲੈ ਵੀ ਮਿੱਤਰਾ ਕਹਿੰਦੇ ਕੰਮ ਚੂਰੀ ਚੂਰੀ ਹੋਇਆ ਪਿਆ ਮੰਨੇ ਲਿਆ ਓਏ ਖਾਈ ਲੀਵਰ ਦੀ ਗੋਲੀ ਤੇ ਪਦਾਰਥ ਬੜੇ ਖਾਧੇ ਗਏ ਕੁੜੀ ਗਰਮੀ ਨਾ ਪੈ ਜੇ ਭੈਣ ਜੋ ਕਿਤੇ ਹੋਰ ਹੀ ਨਾ ਕੰਮ ਬਣ ਜੇ ਭੈਣ ਜੋ ਹੈਂ ਹੁਣ ਮੈਨੂੰ ਪੁੱਛਣੀ ਵਿਧੀ ਲੀਵਰ ਵਾਲੀ ਗੋਲੀ ਕਿਹੜੀ ਖਾਂਦੇ ਜੀ ਇਹ ਠੰਡ ਪਾ ਗੋਲੀ ਕੁੜੀ ਜਿੰਨਾ ਰਾਸ਼ਨਾਂ 'ਚ ਖਾਧਾ ਰੋਟੀ ਖਾਧੀ ਚੌਲ ਚੂਰੀ ਖਾਧੀ ਕੁੜੀਆ ਜਿੰਨਾ ਖਲਾਰਾ ਮੈਂ ਪਾਇਆ ਦੋ ਰਾਤ ਮੈਂ ਚਾਹ ਪੀਤੀ ਬ੍ਰੈਡ ਖਾਧੇ ਦਸ ਬਾਰਾਂ ਮੈਂ ਮੱਠੀਆਂ ਖਾ ਗਿਆ ਹੈਂ ਦੋ ਤਿੰਨ ਪੈਣ ਮੈਂ ਬਿਸਕੁਟਾਂ ਦੇ ਖਾ ਗਿਆ ਇੱਕ ਪੈਣ ਮੈਂ ਰਸਾਂ ਦਾ ਖਾ ਗਿਆ ਅਤੇ ਲੀਵਰ ਹੋਣਾ ਤਾਂ ਵੀਰ ਜਵਾਬ ਦੇਣਾ ਹੀ ਆਪੇ ਉਹਦਾ ਕਹਿਣਾ ਭਾਈ ਕੀ ਗੱਲ ਹੋ ਗਈ ਆ ਜਿੰਮ ਵਾਲਾ ਬੈਗ ਮੇਰਾ ਮੈਂ ਗੱਡੀ 'ਚ ਪਿਆ ਤੇਰਾ ਬੈਗ ਕਿੱਥੇ ਇੱਥੇ ਨਹੀਂ ਪੀਰੀ ਉਹਦੀ ਗੁੜੀ ਦੱਸ ਲੈ ਮੈਂ ਤੁਹਾਨੂੰ ਕਿਹੜਾ ਕੁਝ ਕਿਹਾ ਸਾਲੇ ਉਹ ਡਰੀ ਜਾਂਦੇ ਜੀ ਹੈਂ ਇੱਥੇ ਪਾਲੋ ਜੇ ਪਵਾ ਸਕਦੇ ਜੀ ਜੇ ਪਵਾ ਸਕਦੇ ਇੱਥੇ ਪਾਲੋ ਕੁੜੇ ਗੋਰੀ ਹੁਣ ਚੜ ਗਏ ਸਾਡਾ ਬੜਾ ਫਨ ਕਰਨਾ ਤੇ ਨਾ ਨਾ ਗੱਲ ਕੰਮ ਹੁੰਦਾ ਕਿਤੇ ਹੋਰ ਫਿਰ ਆਪਾਂ ਰਹਿਣਾ ਸੀ ਤਿੰਨ ਚਾਰ ਸਾਡਾ ਫੋਨ ਪਿੰਡ ਰਹਿ ਗਿਆ ਨਾ ਜਿਹਦੇ ਤੋਂ ਸਾਡਾ ਨਿਗਾੜ ਚੱਲਣਾ ਜੇ ਫੋਨ ਨਾ ਪਿੰਡ ਰਹਿੰਦਾ ਤੇ ਆਪਾਂ ਐਤਵਾਰ ਤੋਂ ਪਹਿਲਾਂ ਨਹੀਂ ਜਾਣਾ ਜਾਣਾ ਹੀ ਪੈਣਾ ਹੁਣ ਸਵੇਰੇ ਇੱਥੇ ਸਰ 5 ਵਜੇ ਉੱਠ ਪਿਆ ਹੁਣ ਇੱਦਾਂ ਭਾਵ ਜਾਈਏ ਆਪਣੀ ਗੱਡੀ ਸੁੱਟ ਲਿਓ ਆਹੋ ਸੋਣਾ ਤੁਸੀਂ ਮੈਨੂੰ ਪਤਾ ਇਹ ਨਾ ਸਾਡੇ ਅੱਜ ਵਾਲਾ ਕੰਮ ਕਰੋ ਸਵੇਰ ਨੂੰ ਵੇਖਾਂ ਤਾਂ ਬੰਦੇ ਇੱਥੇ ਹੋਣਾ ਜਾਈਏ ਖਾਲੀ ਮਿਲਣ ਮੈਨੂੰ ਭੈਣ ਬੰਦੇ ਪਹਿਲਾਂ ਪਹੁੰਚੀ ਹੁਣ ਕਦੇ ਪਹੁੰਚਣਾ ਪੈਣਾ ਸਾਲਿਆ 9 ਵਜੇ ਤੇ ਉਹ ਕਿਸ਼ਤ ਕੱਟਣੀ ਅਗਲੇ ਨੇ ਉਹਨਾਂ ਨੇ ਨੀ ਜੀ ਟੇਕਣਾ ਹੈਂ ਚੰਗਾ ਵੇ ਭਾਈ ਕਰੀਏ ਸੌਣ ਦੀ ਤਿਆਰੀ ਮਿਲਦੇ ਹਾਂ ਸਵੇਰੇ ਵੀ ਮਿੱਤਰੋ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਦੇ ਵੇਖੋ ਸਵੇਰੇ ਵਲੋਗ ਹੁਣ ਕਿਹੜਾ ਬਣਦਾ ਹੈ ਨਾ ਬੰਦੇ ਜਾਣ ਦਾ ਨਾਂ ਨਹੀਂ ਲੈਣ ਦੇ ਜਾਂ ਤਾਂ ਸਵੇਰੇ ਫਿਰ ਇਹਨਾਂ ਨੂੰ ਚੁੱਕੇ ਮਾਰਾਂ ਗੱਡੀ 'ਚ ਤਾਂ ਸਿੱਧਾ ਖੜਾਂਗੇ ਪਿੰਡ ਪਿੰਡੋਂ ਵਲੋਗ ਸ਼ੁਰੂ ਕਰਾਂਗੇ ਜੇ ਇੱਥੋਂ ਜੇ ਠਾਉਂਦੇ ਵਾਲਾ ਵਲੋਗ ਬਣ ਗਿਆ ਤਾਂ ਵੀ ਸਹੀ ਆ ਪਰ ਵੇਖੋ ਸਵੇਰੇ ਕੀ ਬਣਦਾ ਅਤੇ ਬਾਕੀ ਜਾਣ ਮੇਰੀਏ ਜਾਂਦੇ ਜੀ ਜਾਂਦੇ ਘੈਂਟ ਜਿਹਾ ਕਮੈਂਟ ਕਰ ਜਿਆ ਕਰੋ ਜੇ ਤੁਹਾਨੂੰ ਵਲੋਗ ਵੇਖ ਕੇ ਵਧੀਆ ਲੱਗਦਾ ਸਾਡੇ ਕੋਲ ਸਿਰਫ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਇੱਕੋ ਜ਼ਰੀਆ ਤੁਹਾਡੇ ਕਮੈਂਟ ਪੜ੍ਹ ਲਈ ਦੀ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈ ਦੀਆਂ ਨਾਲੇ ਆਪਣਾ ਫੰਕਸ਼ਨ ਕਰ ਲਈ ਦਾ ਅਸੀਂ ਜੋ ਸਾਰਾ ਦਿਨ ਕਰੀਦਾ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਕਮੈਂਟ ਪੜ੍ਹ ਕੇ ਉਹ ਵੀ ਵਿੱਚ ਪਾ ਦੇਈ ਦੀਆਂ ਹੈ ਨਾ
ਅਤੇ ਬਾਕੀ ਸਨੈਪਚੈਟ ਇੰਸਟਾਗ੍ਰਾਮ ਹੈਗਾ ਇੰਟਰਟੇਨਮੈਂਟ ਲਈ, ਉੱਥੇ ਵੀ ਗੇੜਾ ਸ਼ੇਰਾ ਮਾਰਿਆ ਕਰੋ। ਬਾਕੀ ਸੀਰੀਅਸ ਨਹੀਂ ਲੈਣਾ, ਜਿਹੜੀਆਂ ਗੱਲਾਂ ਨੂੰ ਸੀਰੀਅਸ ਲੈ ਲੈਣੀਆਂ ਉਹ ਤੁਸੀਂ ਮੇਰੇ ਹਿਸਾਬ ਨਾਲ ਲੈਂਦੇ ਨਹੀਂ ਸੀਰੀਅਸ, ਜਿਹੜੇ ਹਾਸੇ ਮਜ਼ਾਕ ਉਹ ਚੱਲ ਚੰਦ ਕੇ ਬਲੋਗ ਹੁੰਦੇ, ਜਿਹੜੇ ਵੀਰ ਭਰਾ ਆਪਣੇ ਦੇ ਨਵੇਂ ਜੁੜਦੇ ਨੇ ਉਹਨਾਂ ਨੇ ਪੁਰਾਣੇ ਬਲੋਗ ਨਹੀਂ ਵੇਖੇ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਹੈ ਨਾ ਕਈਆਂ ਗੱਲਾਂ ਦਾ, ਅਤੇ ਚਲੋ ਆਪਣਾ ਦੱਸਣ ਦਾ ਫਰਜ਼ ਬਣਦਾ ਹੈ ਨਾ, ਕਿਉਂਕਿ ਨਵੇਂ ਨਵੇਂ ਵੀਰ ਭਰਾ ਆਪਣੇ ਨਾਲ ਜੁੜਦੇ ਰਹਿੰਦੇ ਆ ਰੋਜ਼, 4-5 ਹਜ਼ਾਰ ਬੰਦਾ ਵੀ ਰੋਜ਼ ਨਵਾਂ ਆਪਣੇ ਨਾਲ ਐਡ ਹੁੰਦਾ, ਅਤੇ ਇੱਕਦਮ ਅਗਲਾ ਪੁਰਾਣੇ ਬਲੋਗ ਨਹੀਂ ਵੇਖੇ ਜਾਂਦੇ ਹੈ ਨਾ, ਅਤੇ ਕਿਉਂਕਿ ਮੇਰੇ ਸਾਹਿਬ 400-500 ਵੀਡੀਓ ਪੈ ਗਈ ਹੁਣ ਤੱਕ 1.5-2 ਸਾਲਾਂ ਦੇ ਵਿੱਚ, ਅਤੇ ਲਾਲੋ ਸਾਹਿਬ ਵੀ ਥੋੜ੍ਹੀ ਨਹੀਂ ਹੁੰਦੀ 400-500 ਵੀ 30-30 ਮਿੰਟ ਦੀਆਂ ਹੈ ਨਾ, ਅਤੇ ਬਸ ਤੁਹਾਡੇ ਪਿਆਰ ਸਦਕਾ ਹੀ ਆ। ਮੈਨੂੰ ਤਾਂ ਬਲੋਗ ਅਲੱਗ ਬਣਾਉਂਦਾ ਐਡਾ ਕੋਈ ਹੈ ਨਹੀਂ, ਜਦੋਂ ਜਿੱਦਾਂ ਹੁਣ ਤੁਹਾਡੇ ਕਿਸੇ ਚੀਜ਼ 'ਤੇ ਕਮੈਂਟ ਜ਼ਿਆਦਾ ਹੁੰਦੇ ਫਿਰ ਅਸੀਂ ਉਹ ਕੰਮ ਕਰਦੇ ਹਾਂ ਹੈ ਨਾ, ਜਿੱਦਾਂ ਹੁਣ ਟੋਜਨ ਵਾਲਾ ਬਲੋਗ ਦੀ ਮੈਂ ਗੱਲ ਕੀਤੀ ਸੀ, ਉਸ ਤੋਂ ਬਾਅਦ ਕਮੈਂਟ ਜ਼ਿਆਦਾ ਆਉਣੇ ਸ਼ੁਰੂ ਹੋ ਗਏ, ਤਾਂ ਹੁਣ ਅਸੀਂ ਜਿੱਦਾਂ ਪਿੰਡ 'ਚ ਕੱਲ੍ਹ ਚਲ ਗਏ ਅਤੇ ਫਿਰ ਪਰਸੋਂ ਕੰਮ ਕਰਾਂਗੇ, ਅਤੇ ਜੇ ਪਰਸੋਂ ਗਏ ਫਿਰ ਇੱਕ ਦਿਨ ਛੱਡ ਕੇ ਕਰਾਂਗੇ, ਪਰ ਕਰਨਾ ਜ਼ਰੂਰ ਆ। ਅਤੇ ਬਸ ਇਹ ਕਿ ਹੁਣ ਬੰਦੇ ਸਵੇਰੇ ਉੱਠ ਪੈਣ ਸਹੀ, ਕਿਉਂਕਿ ਇਹ ਨਾਲੇ ਇੰਨਾ ਚੀਜ਼ ਲੱਗਾ ਹੋਣਾ, ਮੈਂ ਦੱਸੀ ਗੱਲ, ਮੈਂ ਕਿਹਾ ਸਵੇਰੇ ਆਹ ਚੱਕਰ ਆ, ਸਵੇਰੇ ਪਿੰਡ ਜਾਣਾ ਹੀ ਪੈਣਾ ਹਰ ਹਾਲਤ ਦੇ ਵਿੱਚ, ਤਾਂ ਹੁਣ ਕਿੱਦਾਂ ਹੀ ਉੱਠ ਪਾਂਗੇ, ਜੇ ਇਹਨਾਂ ਨੂੰ ਮੈਂ ਗੱਲਾਂ ਦੱਸਦਾ ਰਹਿੰਦਾ ਢੇਰੀ ਢਾ ਲੈਣੀ, ਤਾਂ ਕਰਕੇ ਸਵੇਰੇ ਇੱਕ ਵਾਰ ਮੈਂ ਪਿੰਡ ਚੱਲੋ ਮੇਰੇ ਨਾਲ, ਅਤੇ ਮੈਂ ਜੇ ਨਹੀਂ ਜਾਣਾ ਰਹਿਣਾ ਰਹਿ ਪਾ, ਪਰ ਮੈਂ ਫਿਰ 2-4 ਦਿਨ ਨਹੀਂ ਜਿਉਣਾ, ਅਤੇ ਉਹਨਾਂ ਨੂੰ ਪਤਾ ਕਿ ਇਹਦੇ ਬਿਨਾਂ ਐਡਾ ਸੂਤਰ ਵੀ ਨਹੀਂ ਆਉਣਾ, ਇੱਥੇ ਮੈਂ ਕਹਿੰਦਾ ਵੱਜਦੀ ਰਹਾਂਗੀ, ਗੱਡੀ ਮੈਂ ਲੈ ਜਾਣੀ, ਗੱਡੀ ਬਿਨਾਂ ਤੁਹਾਨੂੰ ਪਤਾ ਕੁਝ ਹਾਲ ਨਹੀਂ, ਗੱਡੀ ਬਿਨਾਂ ਤਾਂ ਫੋਨ ਪੈਣਾ ਨਹੀਂ ਸਰ ਸਕਦਾ ਬੰਦੇ ਦਾ ਹੈ ਨਾ, ਅਤੇ ਬਾਕੀ ਵੇਖੋ ਸਵੇਰੇ ਕੀ ਬਣਦਾ। ਅਤੇ ਮੇਨ ਗੱਲ ਜਾਂਦੇ ਜਾਂਦੇ ਘੇਂਟ ਜਾਂ ਕਮੈਂਟ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ, ਅਤੇ ਬਾਕੀ ਮੇਰੀ ਜਾਨ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਦੇ ਨਾਲ, ਜਿਹਦੇ ਵਾਸਤੇ ਰੋਦ ਨਜ਼ਾਰੇ ਲਓ, ਬਾਸ਼ੀ ਕਰਿਆ ਕਰੋ ਬਾਸ਼ੀ।